ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਬਹੁਤ ਹੀ ਪਿਆਰੇ ਬੱਚੋ, ਬੇਟਾ ਹੁਣ ਪੇਪਰ ਨਜ਼ਦੀਕ ਆ ਰਹੇ ਨੇ। ਮੈਂ ਪਹਿਲੇ ਆਪਣਾ ਇੰਟਰੋਡਕਸ਼ਨ ਦੇ ਰਹੀ ਹਾਂ। ਮੈਂ ਸੰਧਿਆ ਸ਼ਰਮਾ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ, ਡਿਸਟ੍ਰਿਕਟ ਮੋਹਾਲੀ ਤੋਂ ਬੋਲ ਰਹੀ ਹਾਂ। ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਲੈਫਟ ਸਾਈਡ 'ਤੇ ਬੈਠੇ ਨੇ ਡਾਕਟਰ ਅਨੰਦ ਗੁਪਤਾ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਨੀਪੁਰ ਮਾਜਰੀ, ਫਤਿਹਗੜ੍ਹ ਸਾਹਿਬ ਤੋਂ। ਔਰ ਮੇਰੇ ਰਾਈਟ ਸਾਈਡ 'ਤੇ ਬੈਠੇ ਨੇ ਮੈਡਮ ਅਮਿਤਾ, ਇਹ ਨੇ ਲੈਕਚਰ ਬਾਇਓਲੋਜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ, ਰਾਜਪੁਰਾ, ਡਿਸਟ੍ਰਿਕਟ ਪਟਿਆਲਾ ਤੋਂ। ਔਰ ਉਹਨਾਂ ਦੇ ਨਾਲ ਬੈਠੇ ਨੇ ਮੈਡਮ ਮਨਜਿੰਦਰ ਕੌਰ, ਇਹ ਨੇ ਲੈਕਚਰ ਫਿਜ਼ਿਕਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਹਾਣੇ ਤੋਂ। ਅਤੇ ਅੱਜ ਅਸੀਂ ਬੱਚੋ ਤੁਹਾਡੀ ਜਿਹੜੀ ਪ੍ਰੋਬਲਮ ਹੈ, ਹੁਣ ਪੇਪਰ ਆਉਣ ਵਾਲੇ ਨੇ, ਤੁਸੀਂ ਸਭ ਤਿਆਰੀ 'ਚ ਲੱਗੇ ਹੋ, ਨਵੰਬਰ ਐਂਡ ਚੱਲ ਰਿਹਾ, ਦਸੰਬਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਸਕੂਲਾਂ ਦੇ ਵਿੱਚ ਵੱਖ ਵੱਖ DM ਜਿਹੜੇ ਨੇ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਤਹਿਤ, ਪੜ੍ਹੋ ਦੇ ਤਹਿਤ ਤੁਹਾਡੇ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਰਹੇ ਨੇ। ਤੁਹਾਨੂੰ ਪੇਪਰ ਤੋਂ ਡਰਨ ਦੀ ਲੋੜ ਨਹੀਂ। ਇਸ ਸਮੇਂ ਜੋ ਟਾਈਮ ਹੈ ਉਹਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਤਿਆਰੀ ਕੀਤੀ ਜਾਏ, ਤਾਂ ਅੱਜ ਅਸੀਂ ਇੱਥੇ ਸਾਰੇ ਜਣੇ ਇਕੱਠੇ ਹੋਏ ਨੇ ਅਤੇ ਅਸੀਂ ਵੱਖ ਵੱਖ ਸਬਜੈਕਟਸ ਜਿਹੜੇ ਆਪਣੇ ਫਿਜ਼ਿਕਸ, ਕੈਮਿਸਟਰੀ, ਬਾਇਓ, ਮੈਥ, ਉਹਨਾਂ ਤੋਂ ਕੁਸ਼ਚਨ ਪੇਪਰ ਨੂੰ ਕਿਵੇਂ ਹੱਲ ਕਰੀਏ, ਕੁਸ਼ਚਨ ਦਾ ਪੈਟਰਨ ਕੈਸਾ ਹੋਏਗਾ ਅਤੇ ਸਾਨੂੰ ਕਿਸ ਯੂਨਿਟ ਦੇ ਵਿੱਚੋਂ ਕਿੰਨੇ ਮਾਰਕਸ ਆਉਣਾ, ਕਿਸ ਤਰੀਕੇ ਦੇ ਨਾਲ ਤਿਆਰੀ ਕਰੇ ਕੀਤੀ ਜਾਵੇ, ਉਹਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਅਤੇ ਸਭ ਤੋਂ ਪਹਿਲੇ ਅਸੀਂ ਆਪਣਾ ਕੈਮਿਸਟਰੀ ਦਾ ਪੈਟਰਨ, ਕਿ ਕੈਮਿਸਟਰੀ ਦਾ ਪੇਪਰ ਕਿਸ ਤਰ੍ਹਾਂ ਹੋਏਗਾ, ਉਹ ਕਿਹੜੀ ਯੂਨਿਟ, ਕਿਸ ਯੂਨਿਟ ਦਾ ਕਿੰਨੇ ਮਾਰਕਸ ਦਾ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਅੱਜ ਡਿਸਕਸ ਕਰਾਂਗੇ। ਅਤੇ ਹੁਣ ਮੈਂ ਡਾਕਟਰ ਅਨੰਦ ਗੁਪਤਾ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਬੱਚਿਆਂ ਨੂੰ ਸਮਝਾ। ਥੈਂਕ ਯੂ ਮੈਮ। ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ, ਜਿਵੇਂ ਕਿ ਮੈਡਮ ਨੇ ਦੱਸਿਆ ਤੁਹਾਨੂੰ ਕਿ ਹੁਣ ਸਾਡੇ ਜਿਹੜੇ ਸਾਲਾਨਾ ਪ੍ਰੀਖਿਆਵਾਂ ਉਹ ਬਹੁਤ ਨਜ਼ਦੀਕ ਆ ਗਈ ਹੈ, ਅਤੇ ਸਾਡੇ ਜਿਹੜੇ ਸੈਕਟਰੀ ਸਾਹਿਬ, ਮਾਨਯੋਗ ਸੈਕਟਰੀ ਸਾਹਿਬ ਅਤੇ ਹੋਰ ਵੀ ਜਿਹੜੇ ਸਿੱਖਿਆ ਅਤੇ ਵਿਭਾਗ ਦੇ ਸਾਡੇ ਅਫਸਰ ਨੇ, ਉਹਨਾਂ ਦਾ ਪੂਰਾ ਇਸ ਵੇਲੇ ਜ਼ੋਰ ਲੱਗਿਆ ਹੋਇਆ ਕਿ ਤੁਸੀਂ ਸਾਰੇ ਦੇ ਸਾਰੇ ਵਧੀਆ ਅੰਕ ਲੈ ਕੇ ਜਿਹੜਾ ਸਾਡਾ ਮਿਸ਼ਨ 7% ਹੈ ਉਹਨੂੰ ਕਾਮਯਾਬ ਬਣਾਓ। ਉਸੇ ਦੀ ਲੜੀ ਦੇ ਵਿੱਚ ਅੱਜ ਅਸੀਂ 4 ਜਿਹੜੇ ਵਿਸ਼ਾ ਮਾਹਰ ਹੈਗੇ ਨੇ ਤੁਹਾਡੇ ਰੂਬਰੂ ਹੋ ਰਹੇ ਹੈ। ਤੁਹਾਡੇ ਅਧਿਆਪਕ ਸਾਥੀ ਬੜੀ ਭਲੀ ਭਾਂਤੀ ਜਾਣਦੇ ਨੇ ਕਿ ਕਿਵੇਂ ਜਿਹੜਾ ਪੇਪਰ ਆਉਂਦਾ ਹੈ, ਕਿਵੇਂ ਉਹਨਾਂ ਨੂੰ ਹੱਲ ਕੀਤਾ ਜਾਂਦਾ ਹੈ, ਪਰ ਫਿਰ ਵੀ ਸਰਕਾਰ ਚਾਹੁੰਦੀ ਹੈ ਤੁਹਾਨੂੰ ਕੁਛ ਐਕਸਪਰਟ ਟਿਪਸ, ਕੁਛ ਥੋੜ੍ਹਾ ਜਿਹਾ ਹੋਰ ਜ਼ਿਆਦਾ ਦੱਸਿਆ ਜਾਵੇ, ਤਾਂ ਕਰਕੇ ਉਹਨਾਂ ਨੇ ਸਾਡੀ ਡਿਊਟੀ ਲਗਾਈ ਹੈ। ਅਤੇ ਉਸ ਦੇ ਸਦਕਾ ਅੱਜ ਅਸੀਂ ਇਸ ਸਟੂਡੀਓ ਦੇ ਵਿੱਚ ਰਾਹੀਂ ਤੁਹਾਡੇ ਨਾਲ ਰੂਬਰੂ ਹੋ ਰਿਹਾ। ਮੇਰਾ ਜਿਹੜਾ ਵਿਸ਼ਾ ਹੈਗਾ ਉਹ ਕੈਮਿਸਟਰੀ ਵਿਸ਼ੇ ਨਾਲ ਸੰਬੰਧਿਤ ਹੈਗਾ। ਕੈਮਿਸਟਰੀ ਵਿਸ਼ੇ ਨੂੰ ਆਮ ਤੌਰ 'ਤੇ ਕੁਛ ਬਹੁਤ ਔਖਾ ਸਮਝਦੇ ਨੇ, ਪਰ ਜਿਹੜਾ ਜੇਕਰ ਅਸੀਂ ਆਪਣੇ ਵਿਗਿਆਨ ਦੇ ਜਿਹੜੇ ਲੈਕਚਰਾਰ ਸਾਹਿਬਾਨ ਹੈ, ਟੀਚਰ ਸਾਹਿਬਾਨ ਹੈ, ਉਹਨਾਂ ਨਾਲ ਜੇਕਰ ਅਸੀਂ ਇੱਕ ਨੋਰਮਲ ਜੀ ਦਿੱਲੀ ਟੌਕ ਕਰੀਏ ਤਾਂ ਆਹ ਸਮਝਿਆ ਜਾਂਦਾ ਕਿ ਕੈਮਿਸਟਰੀ ਜਿਹੜਾ ਸਭ ਤੋਂ ਸੌਖਾ ਵਿਸ਼ਾ ਹੈ। ਆਮ ਤੌਰ 'ਤੇ ਕੈਮਿਸਟਰੀ ਨੂੰ ਰੈਂਕ ਬੂਸਟਰ ਵੀ ਕਿਹਾ ਜਾਂਦਾ। ਜਦੋਂ ਅਸੀਂ ਕੰਪੀਟੀਸ਼ਨ ਦੇ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਸੌਖਾ ਪੇਪਰ ਜਿਹੜਾ ਹੁੰਦਾ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਅਤੇ ਬਾਇਓ ਦੇ ਵਿੱਚੋਂ ਸਭ ਤੋਂ ਸੌਖਾ ਪੇਪਰ ਜਿਹੜਾ ਕੈਮਿਸਟਰੀ ਦਾ ਆਉਂਦਾ। ਸਿਰਫ ਇਹਨੂੰ ਥੋੜ੍ਹੀ ਜਿਹੀ ਪ੍ਰੈਕਟਿਸ ਮੰਗਦਾ। ਬਾਰ ਬਾਰ ਜੇਕਰ ਤੁਸੀਂ ਕੈਮਿਸਟਰੀ ਨੂੰ ਕੁਛ ਨਹੀਂ ਕਰਨ ਦੀ ਲੋੜ, ਜੇ ਤੁਸੀਂ ਬਾਰ ਬਾਰ ਦੇਖ ਦੇਖ ਕੇ ਵੀ ਲਿਖੋਗੇ ਤਦ ਵੀ ਆ ਤਿਆਰ ਹੋ ਜਾਏਗਾ। ਇਹਦਾ ਬਹੁਤ ਘੱਟ ਸਿਲੇਬਸ ਹੁੰਦਾ। ਜਿਵੇਂ ਕਿ ਜੇ ਪੇਪਰ ਦੀ ਮੈਂ ਗੱਲ ਕਰਾਂ, ਕੁਸ਼ਚਨ ਪੇਪਰ ਦੇ ਉੱਤੇ ਆ ਜਾਵਾਂ, ਥਿਊਰੀ ਪੇਪਰ ਦੇ ਉੱਤੇ, ਤਾਂ ਮੈਂ ਲਿਖਿਆ ਹੋਇਆ ਸਕਰੀਨ 'ਤੇ ਤੁਸੀਂ ਦੇਖੋਗੇ ਕਿ ਇਸ 'ਤੇ ਜਬ ਤਾਂ ਸਭ ਤੋਂ ਪਹਿਲਾਂ ਹੀ ਮੈਂ ਪੁਆਇੰਟ ਲਿਖਿਆ ਕਿ ਇਸ ਦੇ ਵਿੱਚ ਜਿਹੜੇ ਹੈਗੇ ਆ ਸਾਡੇ 26 ਕੁਸ਼ਚਨ ਆਉਂਦੇ ਆ ਸਾਨੂੰ, ਅਤੇ ਟੋਟਲ ਜਿਹੜੇ ਸਾਡੇ ਮਾਰਕਸ ਹੁੰਦੇ ਆ ਉਹ 70 ਨੰਬਰਾਂ ਦਾ ਪੇਪਰ ਹੁੰਦਾ, ਜਿਹੜਾ ਕਿ ਅਸੀਂ 3 ਘੰਟਿਆਂ ਦੇ ਵਿੱਚ ਹੱਲ ਕਰਨਾ ਹੁੰਦਾ। 15 ਮਿੰਟ ਜਿਹੜੇ ਹੈਗੇ ਸਾਨੂੰ ਪੇਪਰ ਪੜ੍ਹਨ ਨੂੰ ਦਿੱਤੇ ਜਾਂਦੇ ਹੈ। ਸੋ ਮੈਂ ਰਿਪੀਟ ਕਰਦਾ ਵਿਦਿਆਰਥੀਓ ਤੁਹਾਡੇ ਲਈ ਕਿ ਸਾਡੇ ਜਿਹੜੇ ਹੈਗੇ ਆ ਟੋਟਲ ਨੰਬਰ ਆਫ ਕੁਸ਼ਚਨ ਜਿਹੜੇ ਹੋਣਗੇ ਉਹ 26 ਹੋਣਗੇ, ਜਿਹੜੇ ਉਹ ਟੋਟਲ ਮਾਰਕਸ ਜਿਹੜੇ ਉਹ ਕੈਰੀ ਕਰਨਗੇ ਉਹ 70 ਕਰਨਗੇ। ਟੋਟਲ ਇਜ਼ 70 ਮਾਰਕਸ ਦਾ, 26 ਕੁਸ਼ਚਨਸ, ਐਂਡ ਸਮਾਂ ਜਿਹੜਾ ਤੁਹਾਨੂੰ ਉਹਨਾਂ ਨੂੰ ਹੱਲ ਕਰਨ ਲਈ ਮਿਲੂਗਾ ਉਹ ਮਿਲੂਗਾ 3 ਘੰਟਿਆਂ ਦਾ ਜਿਹੜਾ ਤੁਹਾਨੂੰ ਸਮਾਂ ਮਿਲੇਗਾ। ਠੀਕ ਹੈ, ਇੰਨੀ ਕੁ ਗੱਲ ਤੁਹਾਨੂੰ ਮੈਨੂੰ ਲੱਗਦਾ ਪਹਿਲਾਂ ਤੋਂ ਪਤਾ ਸੀ, ਕਿਉਂਕਿ ਤੁਸੀਂ ਆਪਣੇ ਜੁਲਾਈ ਦੇ ਪੇਪਰ ਵੀ ਦਿੱਤੇ ਆ ਅਤੇ ਸਤੰਬਰ ਦੇ ਪੇਪਰ ਵੀ ਦਿੱਤੇ ਆ। ਚਾਹੇ ਉੱਥੇ ਤੁਹਾਨੂੰ 35-35 ਨੰਬਰਾਂ ਦੇ ਪੇਪਰ ਆਏ ਨੇ, ਪਰ ਉਹ 70 ਨੰਬਰਾਂ ਦੇ ਪੇਪਰ ਦੇ ਹਿਸਾਬ ਨਾਲ ਹੀ ਵਿਭਾਗ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਇਹਨਾਂ ਜਿਹੜੇ 26 ਕੁਸ਼ਚਨਾਂ ਦੀ ਜਿਹੜੀ ਬਣਤਰ ਹੈਗੀ ਹੈ ਉਹ ਜੇ ਤੁਸੀਂ ਦੂਜੇ ਪੁਆਇੰਟ ਤੋਂ ਆਉਣਾ ਸ਼ੁਰੂ ਕਰੋਗੇ, ਆ ਮੈਂ ਕੋਈ ਆਪਣੇ ਵੱਲੋਂ ਨਹੀਂ ਬਣਾਇਆ, ਤੁਹਾਨੂੰ ਬੜੇ ਈਜ਼ੀਲੀ ਜੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਸਿਲੇਬਸ ਦੇ ਵਿੱਚੋਂ ਵੀ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਿਲੇਬਸ ਜਾਰੀ ਕੀਤਾ ਹੋਇਆ ਉਹ ਸਾਡੇ ਕੈਮਿਸਟਰੀ ਵਿਸ਼ੇ ਦੇ ਸਭ ਤੋਂ ਪਹਿਲੀਆਂ ਚੰਦ ਜਿਹੜੀਆਂ ਲਾਈਨਾਂ ਮੈਂ ਉਹ ਸਕਰੀਨ ਦੇ ਉੱਤੇ ਰੱਖੀਆਂ ਹੋਈਆਂ। ਜਿਵੇਂ ਕਿ ਕੁਸ਼ਚਨ ਨੰਬਰ 1 ਤੋਂ 8 ਤੀਕਰ ਜਿਹੜਾ ਸਾਨੂੰ ਆਉਂਦਾ, 1 ਨੰਬਰ ਦਾ ਆਉਂਦਾ,
सारे के सारे क्वेश्चन इतने साढ़े को कंपलसरी होंगे ने। आ बेटा विद्यार्थियों आ जो क्वेश्चन है तुम्हें फिल इन द ब्लैंक्स आ सकते हैं, वन वर्ड आंसर हो सकता है, मल्टीपल चॉइस भी हो सकता है, कोई छोटा जा न्यूमेरिकल भी हो सकता है, बिल्कुल छोटा जा कोई तो आड़े तो वैल्यू पूछी हो सकती है, एवोगैड्रो नंबर की वैल्यू की है या इस तरह की कोई तो इलेक्ट्रॉन से चार्ज की है, इदा दीज़ा कोई पूछी हो सकती है, कोई आयूपैक नेम लिखण नूं किया जा सकता है। रादर मैं तो आ कहांगा कि आयूपैक नेम लिखना तो जरूरी आंदा, कंपलसरी आंदा, ज़्यादातर पेपर से देखा गया कि आंदा है। तो उस तो बाद जो 9 तो लैके 16 तिकर जो साढ़े होंगे दो नंबर के क्वेश्चन होंगे आ भी सारे के सारे जोड़े कंपलसरी क्वेश्चन होंगे ने। ए सू जो सवाल का जवाब देना होंगे दो तो तीन लाइना के वो तो ज़्यादा नहीं व्डिया नहीं करने की लड़ होंगी, दो तो तीन लाइना के जवाब देना होंगे सी। सो ज़्यादा ना लिखण की कोशिश करते हुए घट भी नहीं लिखना तो ज़्यादा भी नहीं लिखना। तो क्वेश्चन नंबर 17 जोड़ा है वो 17 तो 23 वो चार नंबर का क्वेश्चन होंगे, ए दोवों इंटरनल चॉइस होएगी। इतने बच्चे मैं तुम्हें एक गल दसना चाहता कमिस्ट्री विषय के नाल संबंधित कि जोड़े 17 तो 23 चाहे आ चार नंबर का पर सू चार नंबर का क्वेश्चन इन्हों एक या दो ही देखने मिलने, चार नंबर के क्वेश्चन तोड़ दिता जाऊगा दो दो नंबर के या एक तो तीन नंबर के भी तुम दसागा कि चैप्टर के पूरे का पूरा चार आता कि तोड़ के आवगे अगे असी डिस्कशन जावे। तो क्वेश्चन नंबर 24 तो 26 जोड़े है 6 नंबर के होंगे, ए हरेक क्वेश्चन इंटरनल चॉइस होएगी, मतलब कि जोड़ा 24 नंबर क्वेश्चन है वह भी दो क्वेश्चन होने दोनों से एक करना होगा, 25 नंबर भी जोड़ा है वह भी दोवों एक करना होगा, 26 नंबर क्वेश्चन के भी दोवों एक करना होगा। नॉर्मली जोड़ा 26 नंबर क्वेश्चन होंगे वो ऑरगैनिक कमिस्ट्री संबंधित होंगे जिदे एक पार्ट के छे नेम रिएक्शन पूछिया होंगे नॉर्मली पिछले पिछले साल जो तुम पेपर स्कैन करोगे तो वह देखने मिलेगा कि सिंपल जी छे जड़िया है वो रिएक्शन नेम रिएक्शन होंगे जिमें कि वुड्स रिएक्शन, फिनकलस्टीन रिएक्शन, श्मिड रिएक्शन, इस तरह की रिएक्शन दिखाई होंगे छे जड़िया कि तुम लिखनिया होता ही। जो दूजा पार्ट हों डिफरेंशिएट कर कह दें जिमें SN1 एंड SN2 च डिफरेंशिएट लिखो या वाई दिस इज मोर एसिडिक एंड दैट इज बेंजोइक एसिड इज मोर एसिडिक दैन एसटिक एसिड रा इस तरह दिया कुछ जेडे तुहानू सवाल कंपैरिजन वाले कंपेयरिंग दी आंदे हैगे है इस दे विच। ते जेड़ा क्वेश्चन नंबर 25 हुंदा वो इनऑर्गेनिक केमिस्ट्री दे विचों ज़्यादातर हुंदा, उन्हों भी 1, 3, 5 इस तरह करके तोड़िया हुंदा, 3 सवाल या 4 सवाल होणगे उत्थे भी इंटरनल चॉइस होएगी। है जिस तरह के डी ब्लॉक दे विचों डाइक्रोमेट KMnO4 दी प्रैपरेशन दो, ठीक है वाई वट इज़ लैंथेनाइड कंट्रैक्शन, वट इज वाई लैंथेनाइड एंड एक्टिनाइड्स के डिफरेंसिज दसो, इस तरह के सवाल होंगे है। तो जोड़ा 24वां क्वेश्चन होंगे वो फिजिकल दे विचों भी हो सकता तो इनऑर्गेनिक दे विचों भी हो सकता पर ज़्यादातर वो भी फिजिकल चो देखने मिलता है सानू, असी क्वेश्चन की बनतर भी करांगे। इत्थे विद्यार्थियों मैं एक तुहाडे नाल बड़ी इंपोर्टेंट गल तुहानू दसना चाहुंदा जिहड़ी कि साडे बच्चे अध्यापक साथी भी प्लीज़ इस गल नूं नोट करन, आ सारे विषयां नाल संबंधित हैगी आ। साडी सैकटरी साहब ने सानू आदेश दित्ते सीगे बिल्कुल क्लीयरली, उन्होंने कहा कि जेकर कोई बच्चा किसी सवाल का जवाब उन्हूं आउंदा है पर वो इंग्लिश दे विच लिखण दे विच असमर्थ है तो कोई गल नहीं, जे उस सवाल नूं पंजाबी दे विच लिख देगा अद्धा क पंजाबी च अद्धा क इंग्लिश च या पंजाबी दे विच भी अपनी गल नूं स्पष्ट कर दिंदा है तो उहदे नंबर जिहड़े है नहीं कट्टे जाणगे, इस दे साफ निर्देश दिते ने सैकटरी साहब ने, साडे पुराने ही चले आ रहे ने वैसे। तो बच्चे तुसीं लैंग्वेज तो नहीं डरना, सबजैक्ट नूं सीखण की कोशिश करनी है, सबजैक्ट के सवालों के जवाब देने की कोशिश करनी है उन्होंने सवाल, क्योंकि लैंग्वेज के नंबर नहीं तुहानू मिलने, नंबर तुहानू तुहाडे सवाल के जवाब देने के मिलते हैं। सो अगे वधदा मैं इस गल दे विच आ मैं हुण यूनिट वाइज तुहानू नंबर की डिस्ट्रीब्यूशन दे रहा, आ अगेन आ बिल्कुल जिहड़ी यूनिट वाइज डिस्ट्रीब्यूशन है आ भी जिहड़ी पंजाब स्कूल एजुकेशन बोर्ड ने जारी की हुई है उसे दे उहदे नाल हैगी आ। जिवें कि तुसीं देखोगे कि सॉलिड स्टेट के 6 नंबर का सोल्यूशन चो 5, 4 इलैक्ट्रोकैमिस्ट्री के कैमिकल काइनैटिक्स चो 3, सरफेस कमिस्ट्री चो 4, जनरल प्रिंसीपल जिन्हों की असी आइसोलेशन ऑफ एनर्जी या एक्सट्रैक्शन भी कह देंगे है और 2 नंबर का आऊगा, पी ब्लॉक 8 नंबर का, डी ब्लॉक 8 नंबर का, कोआर्डीनेशन 2 नंबर का सिर्फ, हैलो एल्केन्स हैलो एरीन्स 6 नंबर का, एलकोहल्स फीनोल्स एंड ईथर
ਇਹਦੇ 'ਚੋਂ 5 ਨੰਬਰਾਂ ਦੇ ਸਵਾਲ ਆਉਣਗੇ ਤੁਹਾਨੂੰ। ਐਲਡੀਹਾਈਡ ਕੀਟੋਨਸ ਐਂਡ ਕਾਰਬੋਕਸਿਲਿਕ ਐਸਿਡਸ 5 ਨੰਬਰਾਂ ਦਾ। ਔਰਗੈਨਿਕ ਕੰਪਾਊਂਡਸ ਕੰਟੇਨਿੰਗ ਨਾਈਟ੍ਰੋਜਨ, ਇਹਦੇ ਵੀ ਸਾਡੇ ਸਿਲੇਬਸ 'ਚ ਦੋ ਹੀ ਨੇ ਬੇਟਾ, ਇੱਕ ਕਿਹੜਾ ਹੈਗਾ ਐਨਲੀਨ ਵਾਲਾ ਅਤੇ ਦੂਸਰਾ ਡਾਈਜ਼ੋਨੀਅਮ ਸਾਲਟਸ ਵਾਲੇ। ਠੀਕ ਹੈ, ਪੋਲੀਮਰਸ 4, ਬਾਇਓਮੋਲੀਕਿਊਲਸ 3 ਅਤੇ ਕੈਮਿਸਟਰੀ ਇਨ ਐਵਰੀਡੇ ਲਾਈਫ 2। ਟੋਟਲ ਜਿਹੜੇ ਮਾਰਕਸ ਹੈ ਸਾਡੇ 70 ਬਣ ਜਾਂਦੇ, ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਟੋਟਲ ਕੁਸ਼ਚਨਸ ਜਿਹੜੇ ਹੈਗੇ ਆ ਸਾਡੇ 26 ਨੇ। ਠੀਕ, ਸੋ ਆਹ ਇੱਕ ਬੇਟਾ ਮੈਂ ਤੁਹਾਨੂੰ ਫਿਰ ਦੁਬਾਰਾ ਤੋਂ ਦੱਸਦਾ ਪਿਆ, ਆਹ ਹੁਣ ਬਲਿਊ ਪ੍ਰਿੰਟ ਜਿਹੜਾ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਤੁਸੀਂ ਇਸ ਦੇ ਨਾਲ ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕਦੇ ਹੋ। ਦੇਖੋ ਕਲੀਅਰ ਹੈ ਕਿ ਸੋਲਿਡ ਸਟੇਟ ਦੇ ਵਿੱਚੋਂ 1-2 ਨੰਬਰ ਦਾ ਕੁਸ਼ਚਨ ਆਉਣਾ, ਰਾਦਰ ਤਿੰਨੋਂ ਦੇ ਤਿੰਨ ਹੀ 2 ਨੰਬਰਾਂ ਦੇ ਕੁਸ਼ਚਨ ਨੇ, 4 ਨੰਬਰ ਦੇ ਕੁਸ਼ਚਨ ਨੂੰ ਵੀ 2-2 ਦਾ ਤੋੜ ਦਿੱਤਾ ਗਿਆ। ਇੱਥੇ ਜਿਹੜਾ ਐਨ ਦਾ ਮਤਲਬ ਹੈ ਉਹ ਕੀ ਹੈ, ਨੂਮੈਰੀਕਲ, ਟੀ ਦਾ ਮਤਲਬ ਹੈ ਟੈਕਸਟ ਕੁਸ਼ਚਨ ਹੈਗਾ। ਠੀਕ, ਸੋ ਸੋਲਿਡ ਸਟੇਟ ਦੇ ਵਿੱਚੋਂ 2-2 ਨੰਬਰਾਂ ਦੇ ਤੁਹਾਨੂੰ 2 ਨੂਮੈਰੀਕਲਸ ਆਉਣਗੇ, ਜਿਨ੍ਹਾਂ ਵਿੱਚੋਂ ਪੱਕਾ ਹੀ ਹੁੰਦਾ ਇੱਕ ਤਾਂ ਕਿਹੜਾ ਆਉਣਾ ਹੁੰਦਾ, ਡੈਂਸਿਟੀ ਵਾਲਾ, ਸਿੰਪਲ ਜਿਹਾ, ਜਿਹੜਾ ਡੈਂਸਿਟੀ ਇਜ਼ ਇਕੁਅਲ ਟੂ, ਫਾਰਮੂਲਾ ਮੈਨੂੰ ਦੱਸਣ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ, ਆ ਤੁਸੀਂ ਖੁਦ ਡਿਸਾਈਡ ਕਰੋ, ਆਪਣੇ ਅਧਿਆਪਕਾਂ ਤੋਂ ਪੁੱਛੋ। ਸੋ ਬੜਾ ਸੌਖਾ, ਉਹ 5 ਚੀਜ਼ਾਂ ਹੁੰਦੀਆਂ ਸਾਡੀਆਂ, 5 'ਚੋਂ 4 ਦੱਸੀਆਂ ਹੁੰਦੀਆਂ, 1 ਅਸੀਂ ਫਾਈਂਡ ਆਊਟ ਕਰਨੀ ਹੁੰਦੀ ਹੈ, ਵੈਰੀ ਈਜ਼ੀ ਕੁਸ਼ਚਨ। ਅਤੇ ਜਿਹੜਾ ਇੱਕ ਹੋਰ ਨੂਮੈਰੀਕਲ ਹੈਗਾ, ਆ ਨੂਮੈਰੀਕਲ ਹੁੰਦਾ ਬੱਚੋ, ਜ਼ਿਆਦਾਤਰ ਐਨ ਏ ਟੈਟਰਾਹੈਡਰਲੋਇਡਸ ਨੇ, ਐਨ ਏ ਆਕਟਾਹੈਡਰਲੋਇਡਸ ਨੇ, ਦੀਜ਼ ਐਲੀਮੈਂਟਸ ਆਰ ਪ੍ਰੈਜੈਂਟ ਇਨ ਟੈਟਰਾਹੈਡਰਲੋਇਡਸ, ਦੀਜ਼ ਆਰ ਪ੍ਰੈਜੈਂਟ ਇਨ ਆਕਟਾਹੈਡਰਲੋਇਡਸ, ਫਾਰਮੂਲਾ ਫਰੇਮ ਕਰੋ। ਜਾਂ ਫਿਰ ਆ ਜਾਂਦਾ ਦੀਜ਼ ਕੌਂਸਟੀਟੂਐਂਟ ਪਾਰਟੀਕਲ ਇਜ਼ ਪ੍ਰੈਜੈਂਟ ਐਟ ਦਾ ਕੋਰਨਰ, ਦਿਸ ਇਜ਼ ਪ੍ਰੈਜੈਂਟ ਇਨ ਦਾ ਫੇਸ ਸੈਂਟਰ, ਇਹੋ ਜਿਹੇ ਜਿਹੜੇ ਨੂਮੈਰੀਕਲਸ ਜ਼ਿਆਦਾਤਰ। ਮੈਂ ਡੋਂਟ ਥਿੰਕ ਕਿ ਜੋ ਅਸੀਂ ਇੱਥੋਂ ਬੋਲਾਂਗੇ ਉਹੋ ਜਿਹੇ ਸਵਾਲ ਹੀ ਆਉਣਗੇ, ਦਿਸ ਇਜ਼ ਦਾ ਪ੍ਰੀਵੀਅਸ ਟ੍ਰੈਂਡਸ ਵਿੱਚ ਵੀ ਆਰ ਸਪੀਕਿੰਗ ਐਂਡ ਦਿਸ ਇਜ਼ ਦੀ ਮੋਸਟ ਇੰਪੋਰਟੈਂਟ ਵਨ, ਜ਼ਿਆਦਾ ਐਪਰੋਪਰੀਏਟ। ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਜੋ ਕੁਛ ਅਸੀਂ ਕਹਾਂਗੇ ਉਹੀ ਜਿਹੜਾ ਹੈਗਾ ਐਗਜ਼ਾਮ ਦੇ ਵਿੱਚ ਆਏ, ਬਟ ਅਸੀਂ ਤੁਹਾਨੂੰ ਇੱਕ ਗੈਸ ਵੀ ਦੇ ਰਹੇ ਹਾਂ ਆਪਣੇ ਐਕਸਪੀਰੀਅੰਸਿਸ ਨਾਲ, ਜਿਹੜਾ ਕਿ ਅਸੀਂ ਸਟੱਡੀਜ਼ ਕੀਤੀਆਂ, ਜਿਹੜੇ ਕਿ ਅਸੀਂ ਪੁਰਾਣੇ ਪੇਪਰ ਪੜ੍ਹ ਕੇ ਆਏ ਹਾਂ, ਜਿਹੜੇ ਕਿ ਅਸੀਂ ਮਾਡਲ ਪੇਪਰਸ ਦੇਖਦੇ ਹਾਂ, ਸਾਡੇ ਅਧਿਆਪਕ ਸਾਥੀ ਬਣਾਉਣ ਲੱਗੇ ਹੋਏ ਹਾਂ, ਸਾਡੇ ਬੈਂਕਮੈਨ ਨੇ ਵੀ ਆਦੇਸ਼ ਦਿੱਤੇ ਨੇ ਕਿ ਸਾਰੇ ਦੇ ਸਾਰੇ ਬਣਾਉਣਗੇ, ਸੋ ਉਹਨਾਂ ਅਧਿਆਪਕਾਂ ਦੇ ਵਿੱਚੋਂ ਹੀ ਕੋਈ ਤੁਹਾਡਾ ਪੇਪਰ ਸੈਟਰ ਹੋਏਗਾ। ਸੋ ਜਿਹੋ ਜਿਹਾ ਉਹਦਾ ਮਾਇੰਡ ਸੈਟ ਅਸੀਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਸੌਖ ਹੋਵੇ, ਪਰ ਸਾਡੀ ਗੱਲਾਂ ਨੂੰ ਕਿਤੇ ਆਹ ਬਿਲਕੁਲ ਨਾ ਸੋਚਣਾ ਕਿ ਇਹੋ ਜਿਹੇ ਸਵਾਲ ਹੀ ਆਉਣਗੇ। ਓਕੇ, ਨਾਓ ਕਮ ਟੂ ਦੀ ਸੋਲਿਊਸ਼ਨ ਪਾਰਟ। ਸੋਲਿਊਸ਼ਨ ਪਾਰਟ ਦੇ ਵਿੱਚੋਂ ਆਹ ਦੇਖੋ, ਇੱਥੇ 4 ਸੋਲਿਊਸ਼ਨ ਵਾਲੇ ਦੇ ਵਿੱਚੋਂ ਤੁਹਾਨੂੰ ਔਰ ਮਿਲੇਗਾ। ਅਸੀਂ ਗੱਲ ਕੀਤੀ ਸੀ ਨਾ ਦੋਵਾਂ ਦੇ ਵਿੱਚੋਂ, ਚਾਰਾਂ ਦੇ ਵਿੱਚ ਜਿਹੜੇ 6 ਸਵਾਲ ਸੀਗੇ ਉਹਨਾਂ ਦੋਵਾਂ ਦੇ ਵਿੱਚੋਂ ਤੁਹਾਨੂੰ 4-4 ਨੰਬਰਾਂ ਵਾਲੇ ਦੇ ਵਿੱਚੋਂ ਔਰ ਮਿਲੇਗਾ। ਤਾਂ ਇੱਕ ਦੇਖੋ ਕਿੱਥੋਂ ਮਿਲ ਰਿਹਾ, ਸੋਲਿਊਸ਼ਨ ਵਾਲੇ ਦੇ ਵਿੱਚੋਂ, ਜਿਹ 'ਚ 2 ਨੰਬਰਾਂ ਦਾ ਟੈਕਸਟ ਐਂਡ 2 ਨੰਬਰਾਂ ਦਾ ਨੂਮੈਰੀਕਲ, ਅਗੇਨ 2 ਨੰਬਰਾਂ ਦਾ ਟੈਕਸਟ ਐਂਡ ਅਤੇ 1 ਨੂਮੈਰੀਕਲ। ਆਹ ਜਿਹੜਾ 1 ਨੂਮੈਰੀਕਲ ਹੁੰਦਾ, ਨੋਰਮਲੀ 1 ਨੰਬਰ ਵਾਲਾ ਜਿਹੜਾ ਨੂਮੈਰੀਕਲ ਹੁੰਦਾ, ਆਹ ਬੱਚਿਓ ਮੋਲੈਰਿਟੀ, ਮੋਲੈਲਿਟੀ, ਨੋਰਮੈਲਿਟੀ ਇੱਦਾਂ ਦਾ ਫਾਈਂਡ ਆਊਟ ਕਰਨ ਵਾਲਾ ਹੁੰਦਾ ਸਿੰਪਲ ਜਿਹਾ। ਆਹ ਜਿਹੜਾ 2 ਨੰਬਰਾਂ ਵਾਲਾ ਹੁੰਦਾ, ਆਹ ਜ਼ਿਆਦਾਤਰ ਨੂਮੈਰੀਕਲ ਬੇਟਾ ਹੁੰਦਾ ਸਾਡੀ ਕੋਲੀਗੇਟਿਵ ਪ੍ਰੋਪਰਟੀਜ਼ ਨਾਲ ਲਿੰਕਡ ਹੁੰਦਾ ਹੈਗਾ। ਅਤੇ ਟੈਕਸਟ ਕੁਸ਼ਚਨ ਜਿਹੜਾ ਹੈਗਾ, ਦੈਟ ਇਜ਼ ਜਿਹੜਾ ਟੈਕਸਟ ਕੁਸ਼ਚਨ ਹੁੰਦਾ ਉਹ ਹੁੰਦਾ ਸਾਡਾ ਅਗੇਨ ਕਿ ਔਸਮੋਸਿਸ ਨਾਲ ਰਿਲੇਟਡ ਹੋ ਸਕਦਾ ਜਾਂ ਫਿਰ ਹੈਨਰੀਜ਼ ਲਾਅ ਨਾਲ ਰਿਲੇਟਡ ਹੋ ਸਕਦਾ, ਇਸ ਤਰੀਕੇ ਦੇ ਨਾਲ ਸਾਡਾ ਜਿਹੜੇ ਹੈਗੇ ਆ ਉਹ ਚੱਲਦੇ ਹੁੰਦੇ ਆ। ਸਿਮੀਲਰਲੀ ਇਲੈਕਟ੍ਰੋਕੈਮਿਸਟਰੀ ਦੇ ਵਿੱਚ 1 ਨੂਮੈਰੀਕਲ ਆਉਂਦਾ ਇਲੈਕਟ੍ਰੋਕੈਮਿਸਟਰੀ ਦੇ ਵਿੱਚ, ਜਿਹੜਾ ਕਿ ਨੋਰਮਲੀ ਕਿਹਦੇ ਨਾਲ ਰਿਲੇਟਡ ਹੁੰਦਾ ਬੇਟਾ, ਨਰਸਟ ਇਕੁਏਸ਼ਨ ਨਾਲ ਹੁੰਦਾ, ਸੋ ਵੈਰੀ ਈਜ਼ੀ। ਕੈਮੀਕਲ ਕਾਇਨੈਟਿਕ 'ਚ 1 ਆਉਣਾ, 1 2 ਨੰਬਰ ਦਾ ਨੂਮੈਰੀਕਲ, 1 ਇੱਧਰ ਨੂਮੈਰੀਕਲ, ਸੋ ਅਗੇਨ ਇੱਥੇ ਵੀ ਬੜਾ ਸਿੰਪਲ ਜਿਹਾ ਨੂਮੈਰੀਕਲ ਆਉਂਦਾ, ਰੇਟ ਆਫ ਰਿਐਕਸ਼ਨ ਕੱਢਣ ਦਾ, ਹਾਫ ਲਾਈਫ ਕੱਢਣ ਦਾ, ਇਸ ਤਰ੍ਹਾਂ ਦੇ ਨਾਲ ਸਾਡੇ 3 ਨੰਬਰ। ਸਰਫੇਸ ਕੈਮਿਸਟਰੀ 'ਚੋਂ ਇੱਕੋ ਹੀ 4 ਨੰਬਰ ਦਾ ਆਉਣਾ ਹੁੰਦਾ, ਲਾਇਓਫੋਬਿਕ, ਲਾਇਓਫਿਲਿਕ ਸੋਲਸ ਜਾਂ ਫਿਰ ਗੋਲਡ ਨੰਬਰ ਕੀ ਹੈ, ਇਸ ਤਰ੍ਹਾਂ ਦੀ ਚੀਜ਼ਾਂ ਦੇ ਨਾਲ। ਇਹ 'ਚ ਟੈਕਸਟ ਕੁਸ਼ਚਨ ਹੀ ਆਉਂਦਾ ਜ਼ਿਆਦਾਤਰ, ਕਿਉਂਕਿ ਇਲੈਕਟ੍ਰੋਕੈਮਿਸਟਰੀ ਡੂ ਨੋਟ ਕੰਟੇਨ ਐਨੀ ਨੂਮੈਰੀਕਲ ਪਾਰਟ, ਸਰਫੇਸ ਕੈਮਿਸਟਰੀ ਦੇ ਵਿੱਚ ਕੋਈ ਵੀ ਨੂਮੈਰੀਕਲ ਪਾਰਟ ਨਹੀਂ ਹੁੰਦੇ। ਦੈਨ ਆਈ ਸ਼ਿਫਟ ਟੂ ਐਕਸਟ੍ਰੈਕਸ਼ਨ। 1 ਨੰਬਰ 2 ਨੰਬਰਾਂ ਦਾ ਇੱਕ ਸਵਾਲ ਹੈ, ਨੋਰਮਲੀ ਬੱਚੇ ਇਹਦੇ ਵਿੱਚ ਓਰਸ ਦੇ ਨਾਮ ਯਾਦ ਕਰਨ ਦੀ ਕੋਸ਼ਿਸ਼ ਕਰਨਾ ਜਾਂ ਫਿਰ ਰਿਫਾਈਨਿੰਗ ਜਿਹੜੀ ਹੈਗੀ ਹੈ ਉਹਦੇ ਵਿੱਚ ਵੈਨਾਰਕਲ ਮੈਥਡ ਕੀ ਹੈ ਜਾਂ ਜਿਹੜੇ ਇਲੈਕਟ੍ਰੋ ਰਿਫਾਈਨਿੰਗ ਕੀ ਚੀਜ਼ ਹੁੰਦੀ ਹੈ, ਇਸ ਤਰ੍ਹਾਂ ਦੇ ਜਿਹੜੇ ਕੁਸ਼ਚਨਸ ਇਹਦੇ ਵਿੱਚ ਸਿੰਪਲੀ ਆ ਜਾਂਦਾ ਹੈਗਾ। ਵੈਨ ਆਈ ਗੋ ਟੂ ਦੀ ਪੀ ਬਲੋਕ ਦੇ ਵਿੱਚ 1 ਸਵਾਲ ਆਉਂਦਾ 2 ਨੰਬਰਾਂ ਦਾ। ਓਕੇ, ਸੋ 2 ਨੰਬਰਾਂ ਦਾ 1 ਆਉਂਦਾ ਸਾਡੇ ਕੋਲ 6 ਨੰਬਰਾਂ ਵਾਲਾ ਸਵਾਲ। ਅਤੇ ਮੈਂ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਇੱਕ ਜਿਹੜਾ 25 ਨੰਬਰ ਸਵਾਲ ਜਿਹੜਾ ਹੈਗਾ ਉਹ ਇਨਆਰਗੈਨਿਕ ਕੈਮਿਸਟਰੀ ਦੇ ਵਿੱਚੋਂ ਦਾ ਉਹ ਆਹ ਵਾਲਾ ਪਿਆ ਬੇਟਾ। ਠੀਕ ਹੈ, ਸੋ ਆਹ ਟੋਟਲ ਸਾਡੇ 8 ਨੰਬਰ ਹੋ ਜਾਂਦੇ ਆ। ਅਗੇਨ ਮੈਂ ਤੁਹਾਨੂੰ ਦੱਸ, ਇੱਥੇ ਫਿਰ ਦੇਖੋ ਉਹਨਾਂ ਨੇ ਡਿਫਾਈਨ ਕਰ ਦਿੱਤਾ
कि जिहड़ा एक सवाल जिहड़ा आएगा दैट इज़ फ्रॉम द डी एंड एफ ब्लॉक एलीमेंट, जिहड़ा मैं तुहानूं कह रहा सी 24 नंबर सवाल बेटा। सो डी एंड एफ दे विचों लेंथ एनाइड कॉन्ट्रैक्शन की है, के एम एन ओ फोर की प्रैपरेशन, डाइक्रोमेट की प्रैपरेशन, इस तरह के जिहड़े सवाल है वो इंपॉर्टेंट वन हैगे, वो तुसीं कर सकते हो बच्चे। या वाई लेंथेनाइड्स, वाई एक्टिनॉइड कॉन्ट्रैक्शन इज़ मोर दैन द लेंथेनाइड कॉन्ट्रैक्शन लाइक दिस। इस दे विच बेटा कोआर्डीनेशन कंपाउंड्स दे विच जदों मैं आंदा हैगा इत्थे तुहानूं अगेन नेमिंग का सवाल एक जरूर हुंदा इहदे विच जिहड़ा कि दो नंबरां दा आ रहा हैगा, ठीक है। या आइसोमेरिज्म तो विचों पुछया जांदा हैगा, या फिर वेलेंस थ्यूरी जिहड़ी साडी हैगी है उस दे विचों आ जांदा हैगा बेटा। हैलो एल्केन्स, हैलो एरेंज, 6 नंबरां दा इक्को ही सवाल जिहड़ा कि अगेन नेम रिएक्शनस और द SN1 SN2 ਦੇ ਵਿੱਚ ਡਿਫਰੈਂਸ, ਆਪਟੀਕਲ ਐਕਟੀਵਿਟੀ ਵਗੈਰਾ ਵਾਲੇ ਦੇ ਵਿੱਚ ਗੱਲਬਾਤ ਜਿਹੜੀ ਆ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਰਾਦਰ ਮੈਂ ਆਹ ਕਹਾਂਗਾ ਕਿ ਔਰਗੈਨਿਕ ਕੈਮਿਸਟਰੀ ਦੇ ਵਿੱਚੋਂ ਕੋਈ ਵੀ ਗੈਸ ਵਰਕ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਕਿਉਂਕਿ ਹਰ ਚੈਪਟਰ ਦੇ ਵਿੱਚ ਹਰ ਇਕੁਏਸ਼ਨ ਅਵੇਲੇਬਲ ਹੁੰਦੀ ਹੈ। ਹੈਲੋ ਐਲਕੇਨਸ, ਐਸਿਡ ਵਾਲੇ ਵੀ ਕੁਐਸਚਨਸ ਇਹਦੇ ਵਿੱਚ ਆ ਸਕਦੇ ਆ, ਐਸਿਡ ਦੇ ਵਿੱਚ ਹੈਲੋ ਐਲਕੇਨਸ ਵਾਲੇ ਵੀ ਆ ਸਕਦੇ ਆ। ਸੋ ਆਹ ਔਰਗੈਨਿਕ ਕੈਮਿਸਟਰੀ ਨੂੰ ਤੁਸੀਂ ਐਜ਼ ਏ ਹੋਲ ਲੈਣ ਦੀ ਕੋਸ਼ਿਸ਼ ਕਰਨਾ, ਇਹਦੇ ਨਾਲ ਥੋੜ੍ਹਾ ਜਿਹਾ ਘੱਟ ਕਨਫਿਊਜ਼ਨ ਕ੍ਰੀਏਟ ਕਰਨਾ ਆਪਣੇ ਆਪ ਦੇ ਵਿੱਚ ਕਿ ਹੈਲੋ ਐਲਕੇਨ ਦੇ ਵਿੱਚੋਂ ਹੀ 6 ਨੰਬਰ ਦਾ ਆਏਗਾ, ਕਿਉਂਕਿ ਜੇਕਰ ਉਹ ਐਸਿਡ ਦੇ ਵਿੱਚੋਂ ਵੀ 6 ਨੰਬਰ ਦਾ 1 ਨੰਬਰ ਦਾ ਕੋਈ ਸਵਾਲ ਪਾ ਦਿੰਦਾ ਤਾਂ ਵੀ ਉਹ ਹੈਲੋ ਐਲਕੇਨਸ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਲਿੰਕ ਹੁੰਦਾ ਹੈ। ਔਰਗੈਨਿਕ ਕੈਮਿਸਟਰੀ ਇਜ਼ ਇੰਟਰਲਿੰਕਡ ਵਿਦ ਵਨ ਅਨਦਰ। ਦੈਨ ਕਮ ਟੂ ਬਾਇਓਮੋਲੀਕਿਊਲਸ, ਬਾਇਓਮੋਲੀਕਿਊਲ 'ਚੋਂ ਇੱਕ ਸਵਾਲ 1 ਨੰਬਰ ਦਾ ਅਤੇ 1 2 ਨੰਬਰ ਦਾ, ਟੋਟਲ ਸਾਡੇ 3 ਹੋ ਜਾਂਦੇ ਆ, ਠੀਕ ਹੈ। ਸਿੰਪਲ ਹੁੰਦਾ ਬੇਟਾ ਬਾਇਓਮੋਲੀਕਿਊਲਸ 1 ਦੇ ਵਿੱਚੋਂ ਕੀ ਪੁੱਛ ਲੈਂਦੇ ਆ ਨੋਰਮਲੀ ਕਿ ਕੋਈ ਮੈਡੀਸਨ, ਸੋਰੀ ਬਾਇਓਮੋਲੀਕਿਊਲਸ ਦੇ ਵਿੱਚ RNA DNA ਦਾ ਡਿਫਰੈਂਸ ਮੇਰੇ ਵੱਲੋਂ ਇੰਪੋਰਟੈਂਟ ਹੈਗਾ, ਵਾਈਟਾਮਿਨਸ ਦੀ ਡੈਫੀਸ਼ੀਐਂਸੀ ਇੰਪੋਰਟੈਂਟ ਹੈਗੀ ਮੇਰੇ ਵਾਸਤੇ, ਕਾਰਬੋਹਾਈਡਰੇਟਸ ਦੀ ਸਟਰਕਚਰ ਜਾਂ ਕਿਹੜਾ ਰਿਡਿਊਸਿੰਗ ਹੈ ਕਿਹੜਾ ਨਹੀਂ ਰਿਡਿਊਸਿੰਗ, ਇਸ ਤਰ੍ਹਾਂ ਦੇ ਸਵਾਲ ਇਹਦੇ ਵਿੱਚੋਂ ਆਸਦੇ ਆ। ਪੋਲੀਮਰ ਦੇ ਵਿੱਚੋਂ ਪੱਕਾ ਹੀ ਹੁੰਦਾ ਬੇਟਾ ਕਿ 4 ਨੰਬਰਾਂ ਦਾ, ਇਹਨਾਂ ਨੇ ਇੱਥੇ 2 ਜਾਂ 3 ਜਿਹੜੇ ਹੈਗੇ ਤੁਹਾਡੇ ਕੋਲੋਂ ਮੋਨੋਮਰਸ ਪੁੱਛਦੇ ਆ ਨੋਰਮਲੀ, ਅਤੇ ਉਹਨਾਂ ਦੇ ਯੂਜਿਸ ਪੁੱਛ ਲੈਂਦੇ ਆ। ਐਂਡ ਵੈਨ ਆਈ ਕਮ ਟੂ ਦੀ ਕੈਮਿਸਟਰੀ ਇਨ ਐਵਰੀਡੇ ਲਾਈਫ, ਇੱਥੇ ਫਿਰ ਅਗੇਨ ਸਿੰਪਲ 1-1 ਨੰਬਰਾਂ ਦੇ ਹੀ 2 ਸਵਾਲ ਹੁੰਦੇ ਆ, ਇਹਨਾਂ ਨੇ ਐਨਸਥੀਜ਼ੀਆ ਕਿਹੜਾ ਹੈਗਾ, ਐਂਟਾ ਐਸਿਡ ਕਿਹੜਾ ਹੈਗਾ ਇਹਦੇ ਵਿੱਚੋਂ, ਡਿਸਇਨਫੈਕਟੈਂਟ ਕਿਹੜਾ ਹੈਗਾ, ਇੱਦਾਂ ਦੇ ਸਵਾਲ ਤੁਹਾਡੇ ਤੋਂ ਪੁੱਛਦੇ ਆ। ਸੋ ਆਹ ਦੇਖੋ ਟੋਟਲ ਕੁਐਸਚਨਸ 8, ਟੋਟਲ ਮਾਰਕਸ 8, ਟੋਟਲ ਕੁਐਸਚਨਸ 8। ਸੋ ਟੋਟਲ ਕੁਐਸਚਨਸ ਦੀ ਗਿਣਤੀ ਵੀ ਅਸੀਂ ਦਿੱਤੀ ਹੈ ਇੱਥੇ ਪੰਜਾਬ ਸਕੂਲ ਐਜੂਕੇ, ਬਹੁਤ ਹੀ ਸੌਖਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਸ ਦੇ ਹਿਸਾਬ ਨਾਲ ਬਲਿਊ ਪ੍ਰਿੰਟ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਮੇਰੇ ਅਧਿਆਪਕ ਸਾਥੀ ਬੱਚਿਆਂ ਨੂੰ ਤਿਆਰੀ ਕਰਾਉਣਗੇ ਅਤੇ ਬੱਚੇ ਵੀ ਤਿਆਰੀ ਕਰਨਗੇ ਤਾਂ ਉਹ ਬੜੇ ਈਜ਼ਲੀ ਜਿਹੜੇ ਸਾਡੇ 23 ਮਾਰਕਸ ਜਿਹੜੇ ਹੁੰਦੇ ਆ ਪਾਸ ਮਾਰਕਸ ਨੂੰ ਸਕੋਰ ਕਰ ਸਕਦੇ ਹਾਂ। ਅਸੀਂ ਕੁਛ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਜੇਕਰ ਬੱਚੇ ਕੋਈ ਕਿਹਨਾਂ ਨੂੰ ਕੈਮਿਸਟਰੀ ਮੁਸ਼ਕਿਲ ਲੱਗ ਰਹੀ ਆ, ਉਹਨਾਂ ਬੱਚਿਆਂ ਦੇ ਲਈ ਅਸੀਂ 40% ਵਾਲੇ ਸਿਧਾਂਤ 'ਤੇ ਆ ਕੇ ਬੱਚਿਆਂ ਨੂੰ 40% ਦੇ ਜਿਹੜੇ ਥੋੜ੍ਹੇ ਜਿਹੇ ਸੌਖੇ ਸੌਖੇ ਚੈਪਟਰ ਹੈਗੇ ਨੇ ਉਹ ਕਰਵਾ ਦਿੱਤੇ ਜਾਣ ਤਾਂ ਜੋ ਬੱਚੇ ਸਾਰੇ ਦੇ ਸਾਰੇ ਪਾਸ ਹੋ ਜਾਣ ਅਤੇ ਜਿਹੜਾ ਸਾਡਾ ਮਿਸ਼ਨ 100% ਹੈ ਉਹ ਅਸੀਂ ਕਾਮਯਾਬੀ ਨਾਲ ਉਹਦੇ ਵਾਸਤੇ ਵੱਧ ਸਕੀਏ। ਸੋ ਵਿਦਿਆਰਥੀ ਸਾਥੀਓ, ਇੱਥੇ ਮੈਂ ਇੱਕ ਤੁਹਾਡੇ ਨਾਲ ਹੋਰ ਦੁਬਾਰਾ ਤੋਂ ਗੱਲ ਕਰਾਂਗਾ, ਕੈਮਿਸਟਰੀ ਬੜੀ ਸੌਖੀ ਹੈ, ਇਹਨੂੰ ਥੋੜ੍ਹੇ ਜਿਹੇ ਧਿਆਨ ਨਾਲ ਪੜ੍ਹਨ ਦੀ ਲੋੜ ਹੈ, ਅਤੇ ਜੇ ਤੁਸੀਂ ਇਹਨੂੰ ਥੋੜ੍ਹੇ ਜਿਹੇ ਵੀ ਧਿਆਨ ਨਾਲ ਪੜ੍ਹੋਗੇ ਦੈਨ ਯੂ ਵਿਲ ਸਕਸੀਡ। ਅਤੇ ਇਸ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਆਪਣੀ ਮੁਬਾਰਕਬਾਦ ਦਿੰਦਾ ਅਤੇ ਆਪਣੀ ਗੁੱਡ ਵਿਸ਼ਿਸ਼ ਦਿੰਦਾ। ਅਤੇ ਇੱਕ ਗੱਲ ਹੋਰ ਕਹਾਂਗਾ ਕਿ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਅਧਿਆਪਕ ਸਾਥੀਆਂ ਨੂੰ ਜਾਂ ਵਿਦਿਆਰਥੀਆਂ ਨੂੰ ਕਿਸੇ ਚੀਜ਼ ਦੇ ਵਿੱਚ, ਤਾਂ ਤੁਸੀਂ ਆਪਣੇ ਡਿਸਟ੍ਰਿਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਨਾਲ ਤਾਲਮੇਲ ਕਰੋ, ਉਹ ਤੁਹਾਡੀ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਜ਼ਰੂਰ ਟਰਾਈ ਕਰੇਗਾ, ਮਹਿਕਮੇ ਨਾਲ ਸਿੱਧੀ ਗੱਲਬਾਤ ਕਰੇਗਾ ਅਤੇ ਤੁਹਾਡੀ ਮੁਸ਼ਕਲ ਨੂੰ ਜਲਦ ਤੋਂ ਜਲਦ ਹੱਲ ਕਰਨ ਦੇ ਵਿੱਚ ਤੁਹਾਡੀ ਸਹਾਇਤਾ ਕਰੇਗਾ। ਅਤੇ ਮੈਂ ਹੁਣ ਬੇਨਤੀ ਕਰਾਂਗਾ ਸੰਧਿਆ ਮੈਡਮ ਨੂੰ ਕਿ ਅਗਲੇ ਸਪੀਕਰ ਨੂੰ ਬੁਲਾਉਣ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਵਧੀਆ ਗੱਲਾਂ ਤੁਸੀਂ ਦੱਸੀਆਂ। ਮੈਨੂੰ ਲੱਗਦਾ ਬੱਚੋ ਹੁਣ ਤੁਹਾਡੀ ਥੋੜ੍ਹੀ ਜਿਹੀ ਪ੍ਰੋਬਲਮ ਹੱਲ ਹੋ ਗਈ ਹੋਣੀ ਔਰ ਬੜਾ ਰਿਲੈਕਸ ਫੀਲ ਕਰ ਰਹੇ ਹੋਣੇ ਕਿ ਤਿਆਰੀ ਦਾ ਸਰ ਨੇ ਬਹੁਤ ਅੱਛੇ ਢੰਗ ਨਾਲ ਪੈਟਰਨ ਤੁਹਾਨੂੰ ਦੱਸਿਆ ਕਿ ਥੋੜ੍ਹੇ ਸਮੇਂ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਸਮਾਰਟ ਵਰਕ ਕਰੀਏ, ਅਸੀਂ ਮੈਰਿਟਾਂ ਵੀ ਲੈਣੀ ਹੈ, ਅਸੀਂ ਵਧੀਆ ਨੰਬਰ ਵੀ ਲੈਣੇ ਹੈ ਔਰ ਇਸ ਮਿਸ਼ਨ ਜਿਹੜਾ ਸਾਡਾ 100% ਹੈ ਉਸਨੂੰ ਕਾਮਯਾਬੀ ਕਰਨਾ। ਅਤੇ ਹੁਣ ਅੱਗੇ ਅਸੀਂ ਮੈਡਮ ਮਨਜਿੰਦਰ ਕੌਰ, ਇਹਨੇ ਤੁਹਾਡੇ ਲੈਕਚਰਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੁਹਾਣੇ ਦੇ, ਇਹ ਤੁਹਾਨੂੰ ਫਿਜ਼ਿਕਸ ਦਾ ਜਿਹੜਾ ਕੁਐਸਚਨ ਪੇਪਰ ਹੈ ਉਹਦੇ ਪੈਟਰਨ ਬਾਰੇ ਔਰ ਉਹਦੇ ਬਲੂ ਪ੍ਰਿੰਟ ਬਾਰੇ ਤੁਹਾਨੂੰ ਦੱਸਣਗੇ। ਬੇਟਾ ਮੈਂ ਇੱਕ ਗੱਲ ਹੋਰ ਵੀ ਤੁਹਾਨੂੰ ਦੱਸਣਾ ਚਾਹਾਂਗੀ ਕਿ ਪੇਪਰ ਦੇ ਵਿੱਚ ਜਿਹੜਾ ਹੈ ਅਸੀਂ ਵਧੀਆ ਢੰਗ ਨਾਲ ਅਟੈਂਪਟ ਕਰਨਾ, ਪੇਪਰ ਨੂੰ ਚੰਗੇ ਤਰੀਕੇ ਨਾਲ ਪਹਿਲੇ ਉਸਨੂੰ ਪੜ੍ਹਨਾ ਹੈ ਔਰ ਇਹ ਧਿਆਨ ਰੱਖਣਾ ਹੈ ਕਿ ਜੋ ਕੁਐਸਚਨ ਸਾਨੂੰ ਸਭ ਤੋਂ ਵਧੀਆ ਆਉਂਦਾ ਅਸੀਂ ਪਹਿਲੇ ਉਹਨੂੰ ਅਟੈਂਪਟ ਕਰੀਏ। ਔਰ ਕੁਐਸਚਨ ਨੰਬਰ ਜਿਹੜਾ ਹੈ, ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ ਬੇਟਾ, ਕਿ ਕੁਐਸਚਨ ਨੰਬਰ ਉਹੀ ਪਾਓ ਜੋ ਕੁਐਸਚਨ ਜੋ ਕੁਐਸਚਨ ਪੇਪਰ 'ਚ ਨੰਬਰਿੰਗ ਦਿੱਤੀ ਹੈ ਉਹਦੇ ਅਕੋਰਡਿੰਗ, ਚਾਹੇ ਤੁਸੀਂ ਕੁਐਸਚਨ ਨੰਬਰ 23 ਸ਼ੁਰੂ ਕਰੋ ਲੇਕਿਨ ਨੰਬਰਿੰਗ ਸ਼ੁੱਡ ਬੀ ਅਕੋਰਡਿੰਗ ਟੂ ਜੋ ਕੁਐਸਚਨ ਪੇਪਰ ਹੈ। ਕਈ ਵਾਰੀ ਅਸੀਂ ਛੋਟੀ ਛੋਟੀ ਚੀਜ਼ਾਂ ਭੁੱਲ ਜਾਂਦੇ ਹਾਂ
ਜਿਵੇਂ ਫਿਜ਼ਿਕਸ ਦੇ ਪੇਪਰ ਦੇ ਵਿੱਚ ਯੂਨਿਟਸ ਲਿਖਣਾ ਭੁੱਲ ਗਏ, ਇਹ ਚੀਜ਼ਾਂ ਜਿਹੜੀਆਂ ਨੇ ਬਾਅਦ 'ਚ ਨੰਬਰ ਕੱਟ ਜਾਂਦੇ ਨੇ, ਇਹਨਾਂ ਚੀਜ਼ਾਂ ਦਾ ਵੀ ਅਸੀਂ ਧਿਆਨ ਰੱਖਣਾ ਹੈ ਔਰ ਅਸੀਂ ਘਬਰਾਉਣਾ ਬਿਲਕੁਲ ਨਹੀਂ। ਬੜੇ ਹੀ ਵਧੀਆ ਢੰਗ ਨਾਲ ਮੈਨੂੰ ਪਤਾ ਅਧਿਆਪਕ ਸਾਹਿਬਾਨ ਕੰਸੈਪਟ ਤੁਹਾਡੇ ਕਲੀਅਰ ਕਰਾ ਰਹੇ ਨੇ ਔਰ ਲਾਸਟ ਈਅਰ ਅਸੀਂ ਜਦੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਤਹਿਤ ਸ਼ੁਰੂ ਹੋਇਆ ਸਾਇੰਸ ਗਰੁੱਪ ਦੇ ਵਿੱਚ ਤਾਂ ਈ ਕੰਟੈਂਟ ਦਾ ਇਸਤੇਮਾਲ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਉਹ ਕਰਵਾਉਂਦੇ ਵੀ ਹੋਣਗੇ। ਫਿਜ਼ਿਕਸ ਦੇ ਐਸੇ ਕੰਸੈਪਟ ਜਿਵੇਂ ਟਰਾਂਸਫਾਰਮਰ ਦੀ ਵਰਕਿੰਗ ਹੈ, ਕੋਈ ਵੈਂਡੀਗ੍ਰਾਫ ਜਨਰੇਟਰ ਹੈ, ਸਾਈਕਲੋਟ੍ਰੋਨ ਹੈ, ਕੋਈ ਐਸੀ ਚੀਜ਼ਾਂ ਜੋ ਬੱਚਿਆਂ ਨੂੰ ਮੁਸ਼ਕਿਲ ਲੱਗਣ 'ਤੇ ਯੂਟਿਊਬ ਦੇ ਵਿੱਚ ਅਸੀਂ ਕਾਫੀ ਲਿੰਕ ਸ਼ੇਅਰ ਕੀਤੇ ਨੇ। ਜਿਸ ਤਰ੍ਹਾਂ ਮੈਂ ਫਿਜ਼ਿਕਸ ਦੀ DM ਮੋਹਾਲੀ ਦੇ ਵਿੱਚ ਹਾਂ, ਹਰ ਜ਼ਿਲ੍ਹੇ ਦੇ ਵਿੱਚ ਫਿਜ਼ਿਕਸ ਕੈਮਿਸਟਰੀ ਬਾਇਓ ਦੇ DM ਬੈਠੇ ਨੇ, ਉਹਨਾਂ ਨੇ ਲਿੰਕ ਜਿਹੜੇ ਆ ਸ਼ੇਅਰ ਕੀਤੇ ਹੋਣਗੇ, ਉਸ ਈ ਕੰਟੈਂਟ ਦਾ ਵੀ ਜ਼ਰੂਰ ਲਾਭ ਉਠਾਉਣ ਤਾਂ ਜੋ ਬੱਚੋ ਤੁਹਾਡੀ ਲਰਨਿੰਗ ਜਿਹੜੀ ਹੈ ਬਹੁਤ ਅੱਛੀ ਹੋ ਸਕੇ, ਤੁਹਾਡੇ ਕੰਸੈਪਟ ਕਲੀਅਰ ਹੋ ਸਕਣ। ਅਤੇ ਹੁਣ ਮੈਂ ਬੇਨਤੀ ਕਰਾਂਗੀ ਮੈਡਮ ਮਨਜਿੰਦਰ ਕੌਰ ਨੂੰ ਜੀ ਨੂੰ ਕਿ ਉਹ ਜਿਹੜਾ ਨੇ ਆਪਣੇ ਫਿਜ਼ਿਕਸ ਦਾ ਪੇਪਰ। ਮੈਡਮ ਮਨਜਿੰਦਰ ਕੌਰ ਜੀ, ਥੈਂਕ ਯੂ ਮੈਮ। ਬੱਚੇ ਤੁਸੀਂ ਦੇਖਿਆ ਜਿਸ ਤਰ੍ਹਾਂ ਕਿ ਕੈਮਿਸਟਰੀ ਦਾ ਡਾਕਟਰ ਅਨੰਦ ਗੁਪਤਾ ਸਰ ਨੇ ਬਹੁਤ ਵਧੀਆ ਤਰੀਕੇ ਰਾਹੀਂ ਤੁਹਾਨੂੰ ਸਮਝਾਇਆ ਕਿ ਅਸੀਂ ਪੇਪਰ ਨੂੰ ਅਗਰ ਇਸ ਤਰੀਕੇ ਰਾਹੀਂ ਹੱਲ ਕਰਾਂਗੇ ਤਾਂ ਕੋਈ ਵੀ ਮੁਸ਼ਕਿਲ ਨਹੀਂ ਆਏਗੀ ਕਿ ਅਸੀਂ ਅੱਛੇ ਮਾਰਕਸ ਨਾ ਸਕੋਰ ਕਰ ਸਕੀਏ। ਤਾਂ ਉਸੇ ਲੜੀ ਵਿੱਚ ਅੱਗੇ ਵੱਧਦੇ ਹੋਏ ਆਪਾਂ ਅੱਜ ਫਿਜ਼ਿਕਸ ਦੇ ਪਲੱਸ ਟੂ ਦੇ 12ਵੀਂ ਦੇ ਬੋਰਡ ਦੇ ਇਗਜ਼ਾਮ ਦਾ ਜੋ ਇੱਕ ਫੋਬੀਆ ਵੀ ਹੁੰਦਾ ਬੱਚਿਆਂ 'ਚ ਕਿ ਫਿਜ਼ਿਕਸ ਬਹੁਤ ਮੁਸ਼ਕਿਲ ਹੈ ਬੱਚੇ, ਪਰ ਐਸਾ ਕੁਛ ਹੈ ਨਹੀਂ। ਜੇ ਥੋੜ੍ਹਾ ਜਿਹਾ ਵੀ ਸਿਸਟਮੈਟਿਕ ਵੇ ਨਾਲ ਔਰ ਪ੍ਰੋਪਰ ਪਲੈਨਿੰਗ ਨਾਲ ਅਸੀਂ ਤਿਆਰੀ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੱਚਾ ਮੋਰ ਦੈਨ 50, ਮਤਲਬ ਇੱਦਾਂ ਹੋ ਨਹੀਂ ਜਾਏਗੀ 50 ਤੋਂ ਨੰਬਰ ਘੱਟ ਕੋਈ ਲਏ, ਸਾਰੇ ਹੀ ਬੱਚੇ 50-70 ਦੀ ਰੇਂਜ ਵਿੱਚ ਆ ਜਾਣਗੇ। ਤੋ ਬੱਚਿਆਂ ਦੀ ਮੁਸ਼ਕਿਲ ਨੂੰ ਹੀ ਦੂਰ ਕਰਨ ਵਾਸਤੇ ਅੱਜ ਦੀ ਇਹ ਮੀਟਿੰਗ ਇੱਥੇ ਹੋ ਰਹੀ ਹੈ ਬੇਟੇ। ਤੋ ਸਭ ਤੋਂ ਪਹਿਲਾਂ ਸਾਰੇ ਅਧਿਆਪਕ ਸਾਹਿਬਾਨ ਵੀ ਬੈਠੇ ਹੋਣਗੇ, ਬੱਚੇ ਵੀ ਸੁਣ ਰਹੇ ਨੇ, ਅਸੀਂ ਕੁਐਸਚਨ ਪੇਪਰ ਦੇ ਸਟਰਕਚਰ ਬਾਰੇ ਕੁਝ ਗੱਲ ਕਰਾਂਗੇ ਕਿ ਬੱਚਿਆਂ ਨੂੰ ਕੋਈ ਕਨਫਿਊਜ਼ਨ ਨਾ ਹੋਏ, ਕਿ ਕਿਉਂਕਿ ਟਾਈਮ ਜੋ ਹੈ ਆਪਣੇ ਕੋਲ 3 ਘੰਟੇ ਹੀ ਮਿਲਦਾ ਪੇਪਰ ਨੂੰ ਸੋਲਵ ਕਰਨ ਲਈ। ਸਟਾਰਟਿੰਗ 'ਚ 15 ਮਿੰਟ ਬੇਟੇ ਆਪਾਂ ਨੂੰ ਕੁਐਸਚਨ ਨੂੰ ਰੀਡ ਕਰਨ ਨੂੰ ਮਿਲਦੇ ਨੇ, ਇਹ 15 ਮਿੰਟ ਬਹੁਤ ਪ੍ਰੋਪਰਲੀ ਆਪਾਂ ਅਗਰ ਯੂਟੀਲਾਈਜ਼ ਕਰ ਲਈਏ ਤਾਂ ਅਗਲੇ 3 ਘੰਟੇ ਵਿੱਚ ਅਸੀਂ ਪੇਪਰ ਬਹੁਤ ਵਧੀਆ ਢੰਗ ਨਾਲ ਸੋਲਵ ਕਰ ਸਕਦੇ ਹਾਂ ਵਿਦਆਊਟ ਐਨੀ ਕਨਫਿਊਜ਼ਨ। ਤੋ ਬੇਟੇ ਸਭ ਤੋਂ ਪਹਿਲਾਂ ਅਸੀਂ ਪੇਪਰ ਦਾ ਜੋ ਸਟਰਕਚਰ ਹੈ, ਜੋ ਪੈਟਰਨ ਹੈ, ਉਹਦੇ ਬਾਰੇ ਗੱਲ ਕਰਾਂਗੇ ਕਿ ਆਪਣੇ ਕੋਲ ਟੋਟਲ ਜੋ ਹੈ ਪੇਪਰ ਦੇ ਅੰਦਰ 26 ਕੁਐਸਚਨ ਆਉਣਗੇ, 26 ਕੁਐਸਚਨ ਹੋਣਗੇ ਔਰ ਸਾਰੇ ਹੀ ਕੁਐਸਚਨ ਆਪਾਂ ਨੂੰ ਕੰਪਲਸਰੀ ਹੈ। ਪੇਪਰ ਦੇਖਣ ਨੂੰ ਲੱਗਦਾ ਹੈ ਕਿ ਬਹੁਤ ਲੈਂਦੀ ਹੈ, ਪਰ ਇਹੀ ਤਾਂ ਸਮਾਰਟ ਵੇ ਹੈ ਕਿ ਆਪਾਂ ਉਸ ਪੇਪਰ ਨੂੰ 3 ਘੰਟੇ 'ਚ ਬੇਟੇ ਕਿਸ ਤਰ੍ਹਾਂ ਕੰਪਲੀਟ ਕਰਨਾ ਹੈ, ਨੋਟ 3 ਆਵਰਸ, ਆਪਾਂ 5-10 ਮਿੰਟ ਪਹਿਲਾਂ ਕਰੀਏ ਤਾਂ ਕਿ ਕੁਛ ਅਗਰ ਆਪਾਂ ਪਹਿਲਾਂ ਕਰਨਾ ਰਹਿ ਗਿਆ ਉਹਨੂੰ ਦੁਬਾਰਾ ਅਸੀਂ ਦੇਖ ਸਕੀਏ ਉਸ ਕੁਐਸਚਨ ਨੂੰ। ਤੋ ਟੋਟਲ 26 ਕੁਐਸਚਨ ਦੇ ਵਿੱਚ ਬੇਟੇ ਅਗਰ ਦੇਖਿਆ ਜਾਏ ਤਾਂ ਪਹਿਲਾਂ ਜੋ 1 ਨੰਬਰ ਤੋਂ ਲੈ ਕੇ 8 ਨੰਬਰ ਤੱਕ ਆਪਣੇ ਪ੍ਰਸ਼ਨ ਮਿਲੇਗਾ ਉਹ 1 ਮਾਰਕ ਹੋਏਗਾ। ਇਹ 1 ਮਾਰਕ ਦੇ ਅੰਦਰ ਹੀ ਜੇ ਆਪਾਂ ਪਿਛਲੇ 4-5 ਸਾਲਾਂ ਦੇ ਬੋਰਡ ਦੇ ਪੇਪਰ ਬੇਟੇ ਦੇਖੀਏ ਔਰ PSEB ਦੀ ਸਾਈਟ 'ਤੇ ਵੀ ਡਾਊਨਲੋਡ ਕੀਤੇ ਹੁੰਦੇ ਨੇ ਕਿ ਇਹ 4 ਕੁਐਸਚਨ ਜਿਹੜੇ ਆਪਣੇ ਕੋਲ ਓਬਜੈਕਟਿਵ ਟਾਈਪ ਹੋ ਸਕਦੇ ਨੇ, ਜਿਸ ਤਰ੍ਹਾਂ ਯੈਸ ਨੋ ਵਾਲਾ, ਟਰੂ ਫਾਲਸ ਵਾਲਾ, ਜਾਂ ਆਪਣੇ ਕੋਲ ਕੋਈ ਫਿਲਿੰਗ ਦੀ ਬਲੈਂਕਸ, ਜਾਂ ਇਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਕਿ ਆਪਾਂ ਨੂੰ ਕੋਈ ਯੂਨਿਟ ਪੁੱਛ ਲਿਆ ਜਾਏ ਜਾਂ ਛੋਟਾ ਜਿਹਾ 1 ਨੰਬਰ ਦਾ ਇੱਕ ਨੁਮੈਰੀਕਲ, ਲਾਈਕ ਆਪਾਂ ਨੂੰ ਅਗਰ ਕੋਈ ਫੋਕਲ ਲੈਂਥ ਨਿਕਾਲਣੀ ਹੈ, ਫੋਕਲ ਲੈਂਥ ਦਿੱਤੀ ਹੋਏ ਸੋਰੀ, ਜਾਂ ਆਪਾਂ ਉਹਦੇ ਵਾਸਤੇ ਪਾਵਰ ਨਿਕਾਲਣੀ ਹੈ, ਤਾਂ ਇੱਕ ਲਾਈਨ ਦਾ ਆਪਣੇ ਕੋਲ ਨੁਮੈਰੀਕਲ ਹੁੰਦਾ ਹੈ ਜਿਹਦੇ ਵਿੱਚ ਕੋਈ ਵੀ ਕੈਲਕੂਲੇਟਰ ਵਗੈਰਾ ਵੀ ਆਪਾਂ ਨੂੰ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ। ਤੋ ਨੈਕਸਟ ਆਪਾਂ ਦੇਖੀਏ ਜਿਹੜੇ 4 ਕੁਐਸਚਨ ਬਚਦੇ ਨੇ ਪਹਿਲੇ 8 ਨੰਬਰ ਵਿੱਚ, ਉਹਨਾਂ ਵਿੱਚ ਡੈਫੀਨੇਸ਼ਨਸ, ਮਤਲਬ ਬੱਚੇ ਨੂੰ 1 ਲਾਈਨ ਤੋਂ ਜ਼ਿਆਦਾ ਲਿਖਣ ਦੀ ਜ਼ਰੂਰਤ ਹੀ ਨਹੀਂ ਪੈਂਦੀ, ਅਸੀਂ ਸਾਰੇ 8 ਦੇ 8 ਕੁਐਸਚਨ ਜਿਹੜੇ ਉਹ ਹੱਲ ਕਰ ਲੈਂਦੇ ਹਾਂ। ਔਰ ਅਗਲੇ ਅਗਰ ਦੇਖੀਏ 9 ਤੋਂ 16 ਨੰਬਰ ਵਾਲੇ ਕੁਐਸਚਨ ਬੇਟੇ, ਇਹਨਾਂ ਵਿੱਚ 2 ਮਾਰਕ ਦੇ ਕੁਐਸਚਨ ਹੁੰਦੇ ਨੇ ਸਾਰੇ, ਹੈ ਇਹਨਾਂ ਵਿੱਚ 3 ਆਪਣੇ ਕੋਲ ਨੁਮੈਰੀਕਲਸ ਹੋਣਗੇ, 2-2 ਮਾਰਕਸ ਵਾਲੇ ਨੁਮੈਰੀਕਲਸ ਆਉਂਦੇ ਨੇ। ਇਹ ਆਪਾਂ ਨੈਕਸਟ ਤੁਹਾਨੂੰ ਡਿਸਕਸ ਕਰਾਂਗੇ ਵੀ ਕਿਹੜੇ ਕਿਹੜੇ ਯੂਨਿਟਸ ਹੈ ਜਿਨ੍ਹਾਂ ਵਿੱਚੋਂ 2 ਨੰਬਰ ਦੇ ਨੁਮੈਰੀਕਲਸ ਪੁੱਛੇ ਜਾਂਦੇ ਨੇ, ਉਹ ਆਪਾਂ ਉਹਦੀ ਪ੍ਰੈਪਰੇਸ਼ਨ ਉਹਦੇ ਅਕੋਰਡਿੰਗਲੀ ਹੀ ਕਰਨੀ ਹੈ। ਔਰ 5 ਕੁਐਸਚਨ ਜੋ ਬਚਣਗੇ ਬੇਟੇ ਕਲੀਅਰਲੀ ਉਹ ਥਿਅਰੀ ਵਾਲੇ ਕੁਐਸਚਨ ਹੁੰਦੇ ਨੇ, ਇਹਨਾਂ ਨੂੰ ਵੀ ਆਪਾਂ ਹੱਲ ਕਰਨ ਲੱਗੇ ਹਾਂ 2 ਤੋਂ 3 ਲਾਈਨਾਂ ਤੋਂ ਜ਼ਿਆਦਾ ਨਹੀਂ ਲਿਖਣਾ, ਕਿਉਂਕਿ ਅਗਰ ਜ਼ਿਆਦਾ ਵੀ ਲਿਖਦੇ ਹਾਂ ਤਾਂ ਸਕੋਰ ਆਪਾਂ ਨੂੰ 2 ਮਾਰਕਸ ਵਿੱਚੋਂ ਹੀ ਮਿਲਣੇ ਨੇ। ਔਰ ਜੇ ਕੁਐਸਚਨ ਕੋਈ ਲੈਂਦੀ ਕਰ ਲੈਂਦੇ ਹਾਂ ਤਾਂ ਨੈਕਸਟ ਅਗਲੇ ਆਉਣ ਵਾਲੇ ਜਿਹੜੇ 4 ਨੰਬਰ ਦੇ ਸਵਾਲ ਹੈ ਜਾਂ ਬੇਟੇ 6 ਨੰਬਰ ਦੇ ਸਵਾਲ ਹੈ ਉਹਨੂੰ ਹੱਲ ਕਰਨ ਲਈ ਆਪਣੇ ਕੋਲ ਟਾਈਮ ਉਨਾ ਘੱਟ ਬਚੇਗਾ। ਔਰ ਕਈ ਵਾਰੀ ਬੱਚੇ ਘਬਰਾਹਟ ਵਿੱਚ ਕੋਈ ਕੁਐਸਚਨ ਜਿਹੜਾ ਪ੍ਰੋਪਰਲੀ ਹੱਲ ਵੀ ਨਹੀਂ ਕਰ ਪਾਉਂਦੇ ਹੈਗੇ। ਤਾਂ ਨੈਕਸਟ ਬੇਟੇ 17 ਤੋਂ 23 ਨੰਬਰ ਵਾਲੇ ਜਿਹੜੇ ਸਵਾਲ ਆਉਣਗੇ ਉਹ 4 ਨੰਬਰ ਵਾਲੇ ਨੇ। 4 ਨੰਬਰ ਵਾਲੇ ਕੁਐਸਚਨ ਦੇ ਵਿੱਚ ਇਹ ਡਿਪੈਂਡ ਕਰਦਾ ਕਿ ਪੇਪਰ ਸੈਟਰ 4 ਨੰਬਰ ਦਾ ਇੱਕ ਕੰਪਲੀਟ ਕੁਐਸਚਨ ਪੁੱਛ ਲਏ ਜਾਂ ਉਹਨੂੰ 1 ਜਾਂ 3 ਨੰਬਰ 'ਚ ਵੀ ਤੋੜ ਸਕਦਾ। ਔਰ ਆਪਾਂ ਨੂੰ ਕਈ ਵਾਰੀ ਲੱਗਦਾ ਕਿ 1 ਔਰ 3 ਨੰਬਰ 'ਚ ਅਗਰ ਤੋੜਦਾ ਹੈ ਤਾਂ ਇਹ ਤਾਂ ਆਪਾਂ ਨੂੰ ਪਹਿਲਾਂ ਦੱਸਿਆ ਨਹੀਂ ਸੀ ਗਿਆ। ਇਹਨਾਂ ਕਨਫਿਊਜ਼ਨਸ ਨੂੰ ਹੀ ਕਲੀਅਰ ਕਰਨ ਵਾਸਤੇ ਬੇਟੇ ਅੱਜ ਇਹ ਮੀਟਿੰਗ ਜਿਹੜੀ ਇੱਥੇ ਹੋ ਰਹੀ ਹੈ ਤਾਂ ਕਿ ਅਧਿਆਪਕ ਸਾਹਿਬਾਂ ਨੂੰ ਵੀ ਪਤਾ ਹੋਏ ਕਿ ਕਿਸ ਤਰੀਕੇ ਰਾਹੀਂ ਪੇਪਰ ਜਿਹੜੇ ਹੈ ਕੁਐਸਚਨ ਪੁੱਛੇ ਜਾਣਗੇ। ਜੋ 1 ਨੰਬਰ ਦਾ ਪਾਰਟ ਹੁੰਦਾ ਬੇਟੇ 3 ਨੰਬਰ ਦੇ ਨਾਲ ਲੱਗਾ ਹੁੰਦਾ, ਕਦੇ ਵੀ ਵੱਡਾ ਕੁਐਸਚਨ ਨਹੀਂ ਹੋਏਗਾ, ਉਹ 1 ਵਰਡ ਆਨਸਰ ਹੋਏਗਾ, ਕਿਉਂਕਿ ਬੱਚੇ ਨੇ 3 ਨੰਬਰ ਵਾਲਾ ਆਰਟੀਕਲ ਜੋ ਹੈ ਉਹਨੂੰ ਲਿਖਣ ਨੂੰ ਟਾਈਮ ਚਾਹੀਦਾ।
ਸੋ ਇਹ ਸਾਡੇ ਲਈ ਵਧੀਆ ਗੱਲ ਹੈ ਕਿ ਚਾਰ ਨੰਬਰ ਵਾਲੇ ਕੁਸ਼ਚਨ ਦੀ ਬਜਾਏ ਅਗਰ ਉਹ ਪਾਰਟਸ 'ਚ ਪੁੱਛਿਆ ਜਾਂਦਾ ਤਾਂ ਵਨ ਵਰਡ ਲਿਖ ਕੇ ਆਪਾਂ ਨੂੰ ਇੱਕ ਨੰਬਰ ਕਲੀਅਰਲੀ ਮਿਲ ਜਾਂਦਾ ਔਰ 3 marks ਵਾਲਾ ਜੋ ਆਰਟੀਕਲ ਹੈ ਬੇਟੇ ਉਹ ਤਾਂ ਅਸੀਂ ਪੂਰਾ ਸੋਲਵ ਕਰਨਾ ਹੀ ਹੁੰਦਾ ਉਹਦੇ ਵਿੱਚ ਵੀ ਆਪਾਂ ਧਿਆਨ ਰੱਖਣਾ ਹੈ ਕਿ ਜੋ ਪੁੱਛਿਆ ਗਿਆ ਕੁਸ਼ਚਨ ਨੂੰ ਰੀਡ ਕਰਨ ਲੱਗਿਆ ਆਪਾਂ ਪੈਨਸਲ ਨਾਲ ਅਗਰ ਅੰਡਰਲਾਈਨ ਕਰ ਲਈਏ ਵੀ ਕਿੰਨੇ ਹਿੱਸਿਆਂ ਵਿੱਚ ਬੇਟੇ ਉਹ ਕੁਸ਼ਚਨ ਪੁੱਛਿਆ ਗਿਆ ਤਾਂ ਕਿ ਫਿਨਿਸ਼ਿੰਗ ਕਰਨ ਲੱਗਿਆ ਅਸੀਂ ਉਸੇ ਪੁਆਇੰਟ ਨੂੰ ਉੱਥੇ ਲਿਖੀਏ ਔਰ ਮਾਰਕ ਕਰ ਦਈਏ ਕਿ ਆਪਣਾ ਕੁਸ਼ਚਨ ਜਿਹੜਾ ਕੰਪਲੀਟ ਅਗਰ ਕੋਈ ਡੈਰੀਵੇਸ਼ਨ ਵੀ ਹੈ ਤਾਂ ਉਹਨੂੰ ਡਰਾਈਵ ਕਰਕੇ ਬਲੋਕ ਦੇ ਵਿੱਚ ਉਹਦਾ ਆਨਸਰ ਜਿਹੜਾ ਉਹ ਲਿਖਿਆ ਜਾਏ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਜੋ ਪੇਪਰ ਮਾਰਕ ਕਰ ਰਹੇ ਟੀਚਰਸ ਉਹਨਾਂ ਦੇ ਧਿਆਨ ਵਿੱਚ ਵੀ ਉਹ ਗੱਲ ਆ ਜਾਂਦੀ ਹੈ ਵੀ ਜੋ ਪੁੱਛਿਆ ਗਿਆ ਸੀਗਾ ਕਿ ਉਹ ਬੇਟੇ ਬੱਚੇ ਨੇ ਪ੍ਰੋਪਰਲੀ ਉਹਨੂੰ ਆਨਸਰ ਕੀਤਾ ਹੈ ਤਾਂ ਨੈਕਸਟ ਜਿਹੜਾ ਆਪਣੇ ਕੋਲ ਆਏਗਾ ਸਰ ਨੈਕਸਟ ਲਾਈਨ ਜੋ ਨੈਕਸਟ ਆਪਣੇ ਕੋਲ ਹੈ ਬੇਟੇ 24 to 26 ਨੰਬਰ ਵਾਲੇ 6 ਨੰਬਰ ਦੇ ਸਵਾਲ ਹੋਣਗੇ 3 ਕੁਸ਼ਚਨ ਹੁੰਦੇ ਨੇ ਇਹਨਾਂ ਸਾਰੇ ਹੀ ਕੁਸ਼ਚਨਸ ਦੇ ਵਿੱਚ ਇੰਟਰਨਲ ਚੋਇਸ ਮਿਲਦੀ ਹੈ ਇਸ ਤੋਂ ਪਹਿਲਾਂ ਆਪਾਂ ਜਿਹੜਾ ਦੇਖਿਆ ਸੀ ਪਿਛਲਾ ਵੀ 4 ਨੰਬਰ ਵਾਲੇ ਕੁਸ਼ਚਨ ਸੀ ਉਹਦੇ ਵਿੱਚ ਬੇਟੇ 2 ਕੁਸ਼ਚਨ ਐਸੇ ਹੁੰਦੇ ਜਿਨ੍ਹਾਂ ਵਿੱਚ ਆਪਾਂ ਨੂੰ ਚੋਇਸ ਮਿਲਦੀ ਹੈ ਔਰ ਉਹ ਚੋਇਸ ਵੀ ਕਿੱਦਾਂ ਕਿ ਉਹਦੇ ਵਿੱਚ ਇੱਕ ਥਿਊਰੀ ਵਾਲਾ ਕੁਸ਼ਚਨ ਹੁੰਦਾ ਔਰ ਦੂਸਰਾ ਨਿਊਮੈਰੀਕਲ ਵਾਲਾ ਕੁਸ਼ਚਨ ਹੁੰਦਾ ਕਿਉਂਕਿ ਜੋ ਫਿਜ਼ਿਕਸ ਸਬਜੈਕਟ ਹੈ ਉਹਦੇ ਵਿੱਚ ਆਪਣੇ ਕੋਲ ਕੁਝ ਪਰਸੈਂਟ ਜਿਹੜੀ ਹੈ ਉਹ ਨਿਊਮੈਰੀਕਲਸ ਦੀ ਵੀ ਹੈ 40 ਆਪਣੇ ਕੋਲ 20% ਜੋ ਹੈ ਟੋਟਲ 70 marks ਦਾ 14 ਨੰਬਰ ਦੇ ਨਿਊਮੈਰੀਕਲ ਬੱਚੇ ਇਹਨਾਂ ਨੇ ਪੇਪਰ 'ਚ ਆਪਾਂ ਨੂੰ ਪੁੱਛੇ ਜਾਂਦੇ ਨੇ ਪਰ 4 marks ਦੇ ਕੁਸ਼ਚਨ 'ਚ ਆਪਣੇ ਕੋਲ ਚੋਇਸ ਮਿਲ ਜਾਂਦੀ ਹੈ ਕਿ ਆਪਾਂ ਥਿਊਰੀ ਵਾਲਾ ਕੁਸ਼ਚਨ ਵੀ ਹੱਲ ਕਰ ਸਕਦੇ ਹਾਂ ਅਗਰ ਕੋਈ ਬੱਚੇ ਨੂੰ ਨਿਊਮੈਰੀਕਲ 'ਚ ਈਜ਼ੀ ਹੈ ਤਾਂ ਨਿਊਮੈਰੀਕਲ ਸੋਲਵ ਕਰ ਸਕਦਾ ਕਿਉਂਕਿ ਆਮ ਦੇਖਣ 'ਚ ਆਇਆ ਕਿ ਜਿਹੜੇ ਮੈਡੀਕਲ ਸਟ੍ਰੀਮ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਥੋੜ੍ਹੇ ਕੈਲਕੂਲੇਸ਼ਨ ਕਰਨ 'ਚ ਜਾਂ ਇੰਟੀਗ੍ਰੇਸ਼ਨ ਜਾਂ ਡੈਰੀਵੇਟਿਵ ਜਿਹੜੇ ਆਪਾਂ ਲੈਂਦੇ ਹਾਂ ਵਿੱਚ ਆਰਟੀਕਲ ਨੂੰ ਲਿਖਣ ਲੱਗਿਆ ਥੋੜ੍ਹੀ ਪ੍ਰੋਬਲਮ ਹੁੰਦੀ ਹੈ ਤਾਂ ਉਹ ਬੱਚੇ ਵੀ ਇੱਥੇ 4 ਨੰਬਰ ਜਿਹੜੇ ਆਸਾਨੀ ਨਾਲ ਸਕੋਰ ਕਰ ਸਕਦੇ ਹਾਂ ਕਿ ਬਜਾਏ ਕਿ ਨਿਊਮੈਰੀਕਲਸ ਦੇ ਉਹ ਥਿਊਰੀ ਵਾਲਾ ਕੁਸ਼ਚਨ ਜਿਹੜਾ ਉਹ ਅਟੈਂਪਟ ਕਰ ਸਕਦੇ ਨੇ ਜੋ 6 ਨੰਬਰ ਵਾਲੇ ਕੁਸ਼ਚਨ ਹੈ ਬੇਟੇ 24 to 26 3 ਸਵਾਲ ਆਉਂਦੇ ਨੇ ਇਹਨਾਂ ਵਿੱਚ ਵੀ ਆਪਣੇ ਕੋਲ ਕੁਸ਼ਚਨ ਨੂੰ ਤੋੜਿਆ ਜਾ ਸਕਦਾ 1 to 5 ਨੰਬਰ 'ਚ ਕੀਤਾ ਜਾ ਸਕਦਾ ਇਹਨਾਂ ਸਾਰੇ ਹੀ ਕੁਸ਼ਚਨ ਦੇ ਵਿੱਚ ਆਪਣੇ ਨੂੰ ਇੰਟਰਨਲ ਚੋਇਸ ਹੈ ਸੇਮ ਯੂਨਿਟ ਵਿੱਚੋਂ ਹੀ ਕੁਸ਼ਚਨ ਪੁੱਛੇ ਜਾਂਦੇ ਨੇ ਜਿਹੜੇ ਔਰ ਕਰਕੇ ਦਿੱਤੇ ਜਾਂਦੇ ਨੇ ਸੋ ਇਹ ਆਪਾਂ ਨੂੰ ਅਧਿਆਪਕ ਸਾਹਿਬਾਂ ਨੂੰ ਵੀ ਪਤਾ ਹੈ ਕਿ ਕਿਸ ਤਰੀਕੇ ਦਾ ਯੂਨਿਟ ਵਾਈਜ਼ ਆਪਣਾ ਆਈਡੀਆ ਹੁੰਦਾ ਹੈ ਕਿ ਇਹ ਵਾਲੇ ਕੁਸ਼ਚਨ ਜਿਹੜੇ ਆ ਪੇਪਰ ਵਿੱਚ ਪੁੱਛੇ ਜਾ ਸਕਦੇ ਨੇ ਪਿਛਲੇ 5 ਸਾਲਾਂ ਦੇ ਅਗਰ ਅਸੀਂ ਬੋਰਡ ਦੇ ਪੇਪਰ ਦੇ ਪੈਟਰਨ ਵੀ ਦੇਖੀਏ ਉਹਦੇ ਵਿੱਚ ਵੀ ਆਪਾਂ ਨੂੰ ਕਾਫੀ ਆਈਡੀਆ ਲੱਗ ਜਾਂਦਾ ਵੀ ਕਿਹੜੇ ਕਿਹੜੇ ਟੌਪਿਕ ਜਿਹੜੇ ਆ ਉਹ ਇੰਪੋਰਟੈਂਟ ਹੈ ਇਹ ਸਾਰੇ ਕੁਸ਼ਚਨ ਜਿਹੜੇ ਅਗਰ ਆਪਾਂ ਪ੍ਰੋਪਰ ਵੇ ਨਾਲ ਤਿਆਰ ਕਰਾਈਏ ਤਾਂ ਮੈਨੂੰ ਪੂਰੀ ਉਮੀਦ ਹੁੰਦੀ ਹੈ ਕਿ ਬੱਚੇ ਜਿਹੜੇ ਉਹ ਪੇਪਰ ਜਿਹੜਾ 3 ਘੰਟੇ ਵਿੱਚ ਆਸਾਨੀ ਨਾਲ ਜਿਹੜਾ ਕੰਪਲੀਟ ਕਰ ਲੈਂਦੇ ਨੇ ਹੋਰ ਜਿਹੜਾ ਇੱਕ ਪੁਆਇੰਟ ਹੈ ਇਹਦੇ 'ਚ ਕਿ ਆਪਣੇ ਕੋਲ ਅਸੀਂ ਅਨਪ੍ਰੋਗਰਾਮੇਬਲ ਕੈਲਕੂਲੇਟਰ ਯੂਜ਼ ਕਰ ਸਕਦੇ ਹਾਂ ਸਿੰਪਲ ਕੈਲਕੂਲੇਸ਼ਨ ਵਾਸਤੇ ਜਾਂ ਲੋਗ ਟੇਬਲ ਦੀ ਜ਼ਰੂਰਤ ਪਏ ਤਾਂ ਉਹ ਵੀ ਅਸੀਂ ਜੋ ਡਿਊਟੀ ਦੇ ਟੀਚਰ ਹੁੰਦਾ ਉਹਨਾਂ ਕੋਲ ਮੰਗ ਸਕਦੇ ਹਾਂ ਇਹ ਕਿਸੇ ਵੇਲੇ ਕਈ ਜਗ੍ਹਾ ਦੇਖਣ ਨੂੰ ਆਉਂਦਾ ਕਿ ਆਪਾਂ ਨੂੰ ਕੈਲਕੂਲੇਟਰ ਅਲਾਊਡ ਨਹੀਂ ਕੀਤਾ ਜਾਂਦਾ ਪਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ ਅਨਪ੍ਰੋਗਰਾਮੇਬਲ ਕੈਲਕੂਲੇਟਰ ਜਿਹੜਾ ਉਹ ਅਲਾਊਡ ਹੈ ਔਰ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਕਿ ਆਪਾਂ ਨੂੰ ਪੂਰੇ ਪੇਪਰ ਦੇ ਅੰਦਰ ਬੇਟੇ 14 ਨੰਬਰ ਦੇ ਨਿਊਮੈਰੀਕਲ ਹੋਣਗੇ ਜਿਨ੍ਹਾਂ ਵਿੱਚੋਂ 2 to 2 marks ਵਾਲੇ ਜਿਹੜੇ 3 numericals ਹੈ ਉਹ ਤਾਂ ਕੰਪਲਸਰੀ ਹੋ ਗਏ ਹਰ ਬੱਚੇ ਨੇ ਹੱਲ ਕਰਨੇ ਹੀ ਹੈ ਉਸ ਤੋਂ ਇਲਾਵਾ ਜੋ 4 to 4 numbers ਵਾਲੇ ਨਿਊਮੈਰੀਕਲ ਸੀਗੇ ਉਹ ਔਰ ਸੈਕਸ਼ਨ 'ਚ ਆਉਣਗੇ ਇਹ ਡਿਪੈਂਡ ਕਰੇਗਾ ਕਿ ਬੱਚਾ ਹੈਲ ਕਰਨਾ ਚਾਹੁੰਦਾ ਹੈ ਜਾਂ ਨਹੀਂ ਜੋ ਥਿਊਰੀ ਵਾਲੇ ਕੁਸ਼ਚਨ ਹੈ ਉਹ ਆਪਾਂ ਨੂੰ ਚੋਇਸ ਵਿੱਚ ਅਗਰ ਬੈਟਰ ਮਿਲਦਾ ਹੈ ਤਾਂ ਅਸੀਂ ਥਿਊਰੀ ਵਾਲਾ ਕੁਸ਼ਚਨ ਹੱਲ ਕਰ ਸਕਦੇ ਹਾਂ ਇਸ ਤੋਂ ਇਲਾਵਾ ਨੈਕਸਟ ਬੇਟੇ ਆਪਾਂ ਹੁਣ ਬਲੂ ਪ੍ਰਿੰਟ ਦੀ ਗੱਲ ਕਰੀਏ ਵੀ ਜਿਹੜੀ ਯੂਨਿਟ ਵਾਈਜ਼ ਆਪਣੀ ਜੋ ਡਿਸਟ੍ਰੀਬਿਊਸ਼ਨ ਹੈ ਇਹ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਕਿ ਆਪਾਂ ਨੂੰ 10 units ਹੈ ਟੋਟਲ ਆਪਣੇ ਸਿਲੇਬਸ ਦੇ ਵਿੱਚ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਯੂਨਿਟ ਇਲੈਕਟ੍ਰੋਸਟੈਟਿਕਸ ਅਗਰ NCERT ਦੀ ਬੁੱਕ ਨੂੰ ਦੇਖਿਆ ਜਾਏ ਬੇਟੇ ਪਹਿਲੇ 2 chapters ਜਿਹੜੇ ਆ ਇਲੈਕਟ੍ਰੋਸਟੈਟਿਕ ਦੇ ਅੰਦਰ ਫਾਲ ਕਰਦੇ ਆ ਇਹਦੇ ਅੰਦਰ ਅਸੀਂ 10 marks ਦੀ ਡਿਸਟ੍ਰੀਬਿਊਸ਼ਨ ਕੀਤੀ ਹੋਈ ਹੈ ਕਿ 10 number ਦਾ ਪੇਪਰ ਜਿਹੜਾ ਉਹ ਇਲੈਕਟ੍ਰੋਸਟੈਟਿਕ ਵਿੱਚ ਪੁੱਛਿਆ ਜਾਂਦਾ ਇਹਦੇ ਵਿੱਚ ਦੇਖੋ ਨਾਲ ਹੀ ਮੈਂ ਕੁਸ਼ਚਨ ਵਾਈਜ਼ ਵੀ ਡਿਸਟ੍ਰੀਬਿਊਸ਼ਨ ਦੇਤੀ ਹੈ ਕਿ 4 number ਦਾ ਇੱਕ ਕੁਸ਼ਚਨ ਔਰ 6 marks ਦਾ ਕੁਸ਼ਚਨ ਜਿਹੜਾ ਉਹ ਇਲੈਕਟ੍ਰੋਸਟੈਟਿਕ 'ਚ ਪੁੱਛਿਆ ਜਾਂਦਾ ਤਾਂ ਇਹ ਕਾਫੀ ਆਪਾਂ ਨੂੰ ਆਸਾਨੀ ਹੈ ਕਿ ਦੋਨੋਂ ਹੀ ਆਪਣੇ ਜਿਹੜੇ ਕੁਸ਼ਚਨ ਵੱਡੇ ਆ ਗਏ 4 number ਦਾ ਔਰ 6 number ਦਾ ਕਿਉਂਕਿ ਪਾਸ ਹੋਣ ਲਈ ਅਗਰ ਆਪਾਂ ਦੇਖਿਆ ਜਾਏ ਤਾਂ 70 ਵਿੱਚੋਂ 23 number ਹੈ ਜਿਨ੍ਹਾਂ ਵਾਸਤੇ ਆਪਾਂ ਤਿਆਰੀ ਕਰ ਰਹੇ ਹਾਂ ਤਾਂ ਕੁਝ ਈਜ਼ੀ ਯੂਨਿਟਸ ਦੇ ਵਿੱਚੋਂ ਅਗਰ ਦੇਖਿਆ ਜਾਏ ਤਾਂ ਇਲੈਕਟ੍ਰੋਸਟੈਟਿਕ ਜਿਹੜਾ ਇੱਕ ਆਸਾਨ ਯੂਨਿਟ ਹੈ ਜਿਹੜਾ ਕਿ ਹਰ ਬੱਚਾ ਇਹਨੂੰ ਤਿਆਰੀ ਕਰ ਸਕਦਾ ਹੈ ਤਾਂ ਨੈਕਸਟ ਯੂਨਿਟ ਬੇਟੇ ਕਰੰਟ ਇਲੈਕਟ੍ਰਿਸਿਟੀ ਜਿਹਦੇ ਵਿੱਚੋਂ ਆਪਾਂ NCERT ਦਾ ਅਗਰ ਦੇਖੀਏ ਤਾਂ 3 chapter ਇਹ ਕਰੰਟ ਇਲੈਕਟ੍ਰਿਸਿਟੀ ਵਿੱਚ ਫਾਲ ਕਰਦਾ ਹੈ ਇਹਦੇ ਵਿੱਚੋਂ ਬੇਟੇ 7 number ਦੇ ਜਿਹੜੇ ਕੁਸ਼ਚਨ ਪੁੱਛੇ ਜਾਣਗੇ ਔਰ ਪੇਪਰ ਦੇ ਅੰਦਰ ਇਹਦੀ ਡਿਸਟ੍ਰੀਬਿਊਸ਼ਨ ਕਿਸ ਤਰ੍ਹਾਂ ਹੋਏਗੀ ਇਸ ਯੂਨਿਟ ਦੇ ਅੰਦਰ ਬੇਟੇ 1 number ਦਾ ਸਵਾਲ ਆਏਗਾ 2 number ਦਾ ਵੀ ਸਵਾਲ ਆਏਗਾ ਔਰ 4 number ਦਾ ਵੀ ਸਵਾਲ ਆਏਗਾ ਤਾਂ ਨੈਕਸਟ ਯੂਨਿਟ ਜਿਹੜਾ ਆਪਣੇ ਕੋਲ ਆ ਰਿਹਾ ਮੈਗਨੈਟਿਕ ਇਫੈਕਟਸ ਆਫ ਕਰੰਟ ਐਂਡ ਮੈਗਨੈਟਿਜ਼ਮ ਇਹ NCERT ਦਾ 4 ਬੇਟੇ 4 to 5 ਬਣਦਾ ਇਹਦੇ ਵਿੱਚੋਂ 9 number ਦਾ ਕੁਸ਼ਚਨ ਜਿਹੜੇ ਆ ਮਾਰਕਸ ਦਾ ਟੋਟਲ ਜਿਹੜਾ ਉਹ ਪੇਪਰ ਦੇ ਵਿੱਚ ਪੁੱਛਿਆ ਜਾਏਗਾ ਇਹਦੇ ਵਿੱਚੋਂ ਬੇਟੇ ਦੇਖੋ ਕਿ 1 number ਦਾ ਸਵਾਲ ਵੀ ਆਏਗਾ 2 number ਦਾ ਸਵਾਲ ਵੀ ਇਹ 'ਚ ਪੁੱਛਿਆ ਜਾਏਗਾ ਔਰ 6 number ਦਾ ਸਵਾਲ ਵੀ ਵੱਡਾ ਜਿਹੜਾ ਉਹ ਪੁੱਛਿਆ ਜਾਏਗਾ ਇਸ ਤਰ੍ਹਾਂ ਹੀ ਅਗਲਾ ਯੂਨਿਟ ਦੇਖੋ ਬੇਟੇ 4 ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਐਂਡ ਕਰੰਟ ਇਹਦੇ ਵਿੱਚ ਵੀ NCERT ਦੀ ਬੁੱਕ ਅਗਰ ਦੇਖੀਏ ਤਾਂ 6th and 7th chapter ਜੋ ਹੈ ਇਸ ਯੂਨਿਟ ਦੇ
और अगला यूनिट जो है यूनिट नंबर 5 इलेक्ट्रोमैग्नेटिक वेव्स, ये काफ़ी ईजी है। एनसीईआरटी की बुक के अंदर चैप्टर नंबर 8 है, ये बेटे 3 नंबर के क्वेश्चन पूछे जाएंगे और क्वेश्चन की डिस्ट्रीब्यूशन देखो 1 नंबर दे और 2 नंबर की, काफ़ी ईजी है। इनू पढ़न भी अपन टाइम घट लगता है और स्कोरिंग है। जो यूनिट नंबर 6 है ऑप्टिक्स, ये काफ़ी साडा वड्डा यूनिट है और एनसीईआरटी का चैप्टर नंबर 9 और 10 ये रे ऑप्टिक्स एंड जो 10वां है वो वेव ऑप्टिक्स है। ये बेटे पेपर सब तो ज़्यादा 14 नंबर का पेपर पूछा जाता है और क्वेश्चन की डिस्ट्रीब्यूशन भी देख लो तुसी, 2 नंबर के 2 सवाल पूछे जाते हैं, 4 नंबर का 1 सवाल है और 6 नंबर का भी सवाल पूछा जाता है। यूनिट नंबर 7 देखो बेटे ड्यूल नेचर ऑफ मैटर एंड रेडिएशन, ये अपने को एनसीईआरटी का चैप्टर नंबर 11, ये 5 नंबर का पेपर पूछा जाता है और क्वेश्चन की जी अपने को डिस्ट्रीब्यूशन बनती है 1 नंबर का सवाल भी होएगा और 4 नंबर का सवाल भी होएगा। इस तरह नेक्स्ट यूनिट यूनिट नंबर 8 एटम्स एंड न्यूक्लियाई, ये एनसीईआरटी का चैप्टर नंबर बेटे 12 और 13 बनता है, ये भी 5 नंबर का पेपर जो बोर्ड के एग्जाम लिए अपने को आएगा और अपने को जो क्वेश्चन की डिस्ट्रीब्यूशन हो जाएगी 1 और 4 नंबर का सवाल भी आएगा। और यूनिट नंबर 9 इलेक्ट्रॉनिक डिवाइसिस, जिद एनसीईआरटी का चैप्टर जो 14 नंबर आंदा है और ये 7 नंबर का पेपर अपने को पेपर च पूछा जाता है और क्वेश्चन की जी डिस्ट्रीब्यूशन बनती है बेटे 1 नंबर का सवाल भी पूछा जाएगा, 2 नंबर का भी पूछा जाएगा और 4 नंबर का भी पूछा जाएगा। लास्ट यूनिट जो अपने को कम्युनिकेशन सिस्टम, ये काफ़ी ईजी है, ये एनसीईआरटी का चैप्टर नंबर 15 है, ये 3 नंबर के क्वेश्चन जो पूछे जाते हैं और डिस्ट्रीब्यूशन भी देखो 1 और 2 नंबर। ये बेटे मैं थोड़ा थोड़ा ध्यान दवाना चाहवागी कि जिस तरह आप क्या सीगा कि 2-2 नंबर के 3 न्यूमेरिकल जड़े हैं वो अपने को आएंगे। हुण 2-2 नंबर वाले यूनिट्स तुसीं ध्यान नाल देखो, करंट इलेक्ट्रिसिटी, 3rd यूनिट मैगनैटिक इफेक्ट्स ऑफ करंट, इलेक्ट्रोमैगनैटिक इंडक्शन। ये 3 यूनिट जो लाइन च आ रहे हैं इन न्यूमेरिकल की पूरी पूरी प्रोबेबिलिटी है कि 2 नंबर के न्यूमेरिकल जो इन्होंने पूछे जा सकते हैं क्योंकि 4 नंबर का एक थ्योरी वाला क्वेश्चन पूरा बन जाता है और 1 नंबर भी असी सिंपल डेफिनेशन या कोई यूनिट्स वगैरह जो पूछे जा सकते हैं। इस टाइम बेटे ऑप्टिक्स से देखो 2-2 नंबर के 2 सवाल पूछे जाते हैं और पिछले जो पैटर्न देखा गया है पिछले 5 सालों में ऑप्टिक्स में एक थ्योरी वाला क्वेश्चन पूछा गया 2 नंबर का और नाल एक न्यूमेरिकल जो बैलेंस करने वो भी पूछा गया, 4 नंबर का थ्योरी का क्वेश्चन बन जाता, नाल 6 नंबर का भी थ्योरी का क्वेश्चन बन जाता। इस टाइम बेटे इलेक्ट्रॉनिक डिवाइसिस जो है ये अंदर भी देखो 2 नंबर का एक क्वेश्चन आ रहा है जिदी की प्रोबेबिलिटी है भी ये छोटा जहा 2 नंबर का न्यूमेरिकल जो पूछा जा सकता है। सो अपन थोड़े हिंट्स मिल रहे हैं कि आप न्यूमेरिकल कि यूनिट्स पूछे जा सकते हैं। जो कम्युनिकेशन सिस्टम है बेटे इन्हें 2 नंबर ली या 1 नंबर ली, 1 नंबर ली जनरली आप डेफिनेशन ही पढ़ते हैं यदियाँ और 2 नंबर लिए आप कोशिश करनी है कि ब्लॉक डायग्राम्स जो कम्युनिकेशन सिस्टम के हैं जो मॉडुलेशन वाले हैं ये सारे जो अपने को ग्राउंड वेव प्रोपेगेशन है स्पेस वेव प्रोपेगेशन है इदा के सवाल है कि शॉर्ट नोट लिखने हैं वट इज़ द नीड ऑफ मॉडुलेशन लाइक दैट। ये मतलब एक आप आइडिया दे रहे हैं आप भी इस तरीके का ही क्वेश्चन जो आप तैयार कर सकते हैं क्योंकि 3 नंबर बहुत ईजीली स्कोर हो जाता है, ये ज़्यादा मेहनत नहीं करनी पैंती। तो न्यूमेरिकल से बेटे वो कितों आप कर रहे हैं जिन्हें भी एनसीईआरटी के बुक के बैक एक्सरसाइज और अंदर जो सॉल्व एग्जाम्पल्स दिखाई हुई ने ये सारिया असं अच्छे तरीके राही सॉल्व करनिया ने क्योंकि 2 नंबर लिए ज़्यादा लेंदी न्यूमेरिकल पूछेगा ही नहीं, सिंपली 2 स्टेप के अंदर न्यूमेरिकल होंगे जो वैल्यूज आप गिवन होंगे ने स्टेटमेंट के वो असं यूनिट को कन्वर्ट करना है और फॉर्मूला लगा के वह वैल्यू पुट करके उन्होंने सॉल्व असी कर सकते हैं। सो इस तरीके राही असी अगर न्यूमेरिकल थोड़ा यूनिट्स का ध्यान रखिए या क्वेश्चन नंबर जो बच्चे प्रॉपरली कई बार नहीं पाते मार्किंग वेले भी प्रॉब्लम आती है कि 2 नंबर का सवाल है और कई बार आपको स्कोर 1 या 1.5 नंबर मिल गया, तो इस तरीके की छोटी छोटी गल्लां ने बेटे अगर असी ध्यान रखिए तो असी मेहनत तो सारे कर रहे हैं पर स्कोर अच्छा करना मेन मोटिव है कि असी इन्नी मेहनत करन तो बाद भी अपने नंबर जो 60 तो अबव क्यों नहीं आए। तो छोटी छोटी गल्लां है कि आप एक तो ध्यान रखना कि सारे ने क्वेश्चन नंबर ठीक पाने हैं और यूनिट्स में ध्यान नाल लिखना है और टू द पॉइंट आंसर देना है ताकि असी 3 घंटे के पेपर नू प्रॉपरली हल कर लीए। और सब तो जी इंपॉर्टेंट गल है बेटे पिछले साल तो पंजाब स्कूल एजुकेशन बोर्ड ने अपन साइंस वाले स्टूडेंट्स नू केमिस्ट्री फिजिक्स बायोलॉजी एंड मैथमैटिक्स इन्हों वास्ते जो आंसर शीट सीगियां वो 32 पेजिस वाली दित्तियां ने, ये सानू तो इतने नेड़े वाले डिस्ट्रिक्ट नू पता सी मे बी बाकी डिस्ट्रिक्ट दे विच ना पता होए तो स्टूडेंट नू या तुहाडे टीचर साहिबान जिथे भी ड्यूटी दे रहे होंगे उन्होंने भी पता होना चाहिए कि साइंस वाले बच्चों का पेपर है तो इन्हों 32 पेजिस वाली जी आंसर शीट दी जाए क्योंकि पेपर लेंदी होंगे और बच्चे कई बार साइडां ते छोटा छोटा करके फिर पेपर नू कंप्लीट कर रहे होंगे। तो बेटे सारी गल्लां अगर ध्यान च असीं रखांगे तो आप बहुत अच्छा जी मेहनत कर रहे हैं आने वाले समय के जो अपने बोर्ड के एग्जाम्स है और नाल दे नाल जी कॉम्पीटेटिव एग्जाम्स उन्होंने भी बहुत अच्छा असी स्कोर कर सकते हैं। सो थैंक यू सो मच। थैंक यू मनजिंदर मैम, बहुत वधिया ढंग नाल तुसी एक्सप्लेन किया
ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗੀ ਬੱਚੋ ਕਿ ਫਿਜ਼ਿਕਸ ਦੇ ਪੇਪਰ 'ਚ ਜਿਹੜਾ ਆਪਟਿਕਸ ਵਾਲਾ ਯੂਨਿਟ ਹੈ ਔਰ ਜਿਹੜਾ ਤੁਹਾਡਾ ਸੈਮੀ ਕਨੈਕਟਰ ਡਿਵਾਈਸਿਸ ਵਾਲਾ ਉਹਦੇ ਵਿੱਚ ਡਾਇਗਰਾਮ ਦੀ ਪ੍ਰੈਕਟਿਸ ਅੱਛੀ ਤਰ੍ਹਾਂ ਕਰਨਾ ਕਿਉਂਕਿ ਤੁਹਾਡਾ ਜਿਹੜਾ ਅਗਰ ਡਾਇਗਰਾਮ ਸਹੀ ਹੋਏਗਾ ਉਹਦੇ ਵਿੱਚ ਐਰੋ ਪਾ ਕੇ ਤੁਸੀਂ ਅਗਰ ਰੇ ਡਾਇਗਰਾਮ ਰੇ ਦੀ ਡਾਇਰੈਕਸ਼ਨ ਸਹੀ ਦਿਖਾਈ ਹੈ ਚਾਹੇ ਅਗਰ ਸੈਮੀ ਕਨੈਕਟਰ ਹੈ ਉਹਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਸਹੀ ਹੈ ਇਹ ਚੀਜ਼ਾਂ ਕਈ ਵਾਰੀ ਮੈਂ ਆਪਣੇ ਐਕਸਪੀਰੀਅੰਸ ਤੋਂ ਕਹਿ ਰਹੀ ਹਾਂ ਕਈ ਵਾਰੀ ਟਰਾਂਜਿਸਟਰ ਐਜ਼ ਐਨ ਐਂਪਲੀਫਾਇਰ ਜਿਹੜਾ ਹੈ ਐਜ਼ ਏ ਐਨ ਪੀ ਐਨ ਜਾਂ ਯੂਜ਼ ਏ ਪੀ ਐਨ ਪੀ ਟਰਾਂਜਿਸਟਰ ਉਹਦੇ ਵਿੱਚ ਬੱਚੇ ਦਾ ਜਿਹੜਾ ਸਿੰਬਲ ਅਗਰ ਗਲਤ ਹੋ ਜਾਏ ਤਾਂ ਸਾਰਾ ਕੁਸ਼ਚਨ ਗਲਤ ਹੋ ਜਾਂਦਾ ਸੋ ਇਹ ਦੋ ਯੂਨਿਟ ਐਸੇ ਨੇ ਜਿਹਨਾਂ ਦੇ ਸਰਕਿਟ ਡਾਇਗਰਾਮ ਔਰ ਆਪਟਿਕਸ ਦੇ ਰੇ ਡਾਇਗਰਾਮ ਵੱਲ ਪੂਰਾ ਧਿਆਨ ਰੱਖਣਾ ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਹੁਣ ਫਿਜ਼ਿਕਸ ਦੇ ਪੇਪਰ ਦਾ ਜਿਹੜਾ ਥੋੜ੍ਹਾ ਬਹੁਤਾ ਡਰ ਹੋਏਗਾ ਉਹ ਖਤਮ ਹੋ ਗਿਆ ਹੋਏਗਾ ਔਰ ਤਿਆਰੀ ਤੁਸੀਂ ਵਧੀਆ ਢੰਗ ਨਾਲ ਕਰੋਗੇ ਔਰ ਆਪਣੇ ਮਿਸ਼ਨ ਨੂੰ ਆਪਾਂ ਕਾਮਯਾਬ ਕਰਨਾ 100% ਰਿਜ਼ਲਟ ਲਿਆਉਣਾ ਮੈਰਿਟ ਵੀ ਲਿਆਉਣੀ ਹੈ ਅਤੇ ਹੁਣ ਮੈਂ ਬਾਇਓ ਪੈਟਰਨ ਦੇ ਲਈ ਮੈਡਮ ਅਮਿਤਾ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਬੱਚਿਆਂ ਨੂੰ ਬਾਇਓ ਦੇ ਪੇਪਰ ਦਾ ਪੈਟਰਨ ਜਿਹੜਾ ਹੈ ਉਹ ਐਕਸਪਲੇਨ ਕਰਨ ਮੈਡਮ ਅਮਿਤਾ ਥੈਂਕ ਯੂ ਮੈਮ ਗੁੱਡ ਆਫਟਰਨੂਨ ਟੀਚਰਸ ਐਂਡ ਸਟੂਡੈਂਟਸ ਇਸ ਐਜੂਸੈਟ ਦੇ ਸਪੈਸ਼ਲ ਲੈਕਚਰ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਫਾਈਨਲ ਐਗਜ਼ਾਮਸ ਨੇ ਜਿਹੜੇ ਸਾਡੇ ਉਹ ਨਜ਼ਦੀਕ ਆ ਰਹੇ ਨੇ ਔਰ ਆਈ ਹੋਪ ਕਿ ਬਾਇਓਲੋਜੀ ਦਾ ਸਿਲੇਬਸ ਹੈ ਜਿਹੜਾ ਤੁਹਾਡਾ ਉਹ ਕੰਪਲੀਟ ਹੋ ਗਿਆ ਹੋਵੇਗਾ ਜਾਂ ਕੰਪਲੀਟ ਹੋਣ 'ਤੇ ਹੋਏਗਾ ਸੋ ਇਹ ਜਿਹੜਾ 2-3 ਮਹੀਨੇ ਸਾਡੇ ਰਹਿੰਦੇ ਨੇ ਇਹ ਬਹੁਤ ਹੀ ਪ੍ਰੈਸ਼ੀਅਸ ਟਾਈਮ ਹੈ ਤੁਹਾਡੇ ਵਾਸਤੇ ਨੈਕਸਟ ਮੰਥ ਤੋਂ ਤੁਸੀਂ ਰਿਵੀਜ਼ਨ ਵੀ ਸਟਾਰਟ ਕਰਨੀ ਹੈ ਔਰ ਰਿਵੀਜ਼ਨ ਕਰਨ ਵਾਸਤੇ ਅਸੀਂ ਪੂਰੇ ਸਾਲ ਜੋ ਮਿਹਨਤ ਕੀਤੀ ਹੈ ਜੋ ਸਿਲੇਬਸ ਅਸੀਂ ਕਵਰ ਕੀਤਾ ਉਸ ਨੂੰ ਕਿਸ ਤਰ੍ਹਾਂ ਕੰਪਾਈਲ ਕਰਨਾ ਕੀ ਸਟ੍ਰੈਟਜੀਜ਼ ਬਣਾਉਣੀਆਂ ਨੇ ਕਿਹੜੇ ਕਿਹੜੇ ਚੈਪਟਰ ਦੇ ਵਿੱਚੋਂ ਅਸੀਂ ਐਕਸਪਲਾਨੇਟਰੀ ਕੁਸ਼ਚਨਸ ਕਰਨੇ ਨੇ ਕਿਹੜੇ ਚੈਪਟਰ ਦੇ ਵਿੱਚੋਂ ਅਸੀਂ ਓਬਜੈਕਟਿਵ ਟਾਈਪ ਕੁਸ਼ਚਨਸ ਕਰਨੇ ਨੇ ਜਾਂ ਬਾਇਓ ਦੇ ਵਿੱਚ ਡਾਇਗਰਾਮਸ ਤੋਂ ਬਿਨਾਂ ਸਰਦਾ ਨਹੀਂ ਕਿਹੜੇ ਕੁਸ਼ਚਨਸ ਨੇ ਸਾਡੇ ਜਿਹੜੇ ਡਾਇਗਰਾਮ ਦੀ ਲੇਬਲਿੰਗ ਐਂਡ ਕੰਪਲੀਟ ਐਕਸਪਲੇਨੇਸ਼ਨ ਮੰਗਦੇ ਨੇ ਉਹਦੇ ਵਾਸਤੇ ਅਸੀਂ ਜਿਹੜੀ ਸਟ੍ਰੈਟਜੀਜ਼ ਬਣਾਉਣੀਆਂ ਨੇ ਔਰ ਅਸੀਂ ਇਸੇ ਕਰਕੇ ਅੱਜ ਇੱਥੇ ਇਕੱਠੇ ਹੋਏ ਹਾਂ ਕਿ ਅਸੀਂ ਪੈਟਰਨ ਹੈ ਜਿਹੜਾ ਸਾਡਾ 2019-20 ਦਾ ਉਸ ਨੂੰ ਤੁਹਾਡੇ ਨਾਲ ਸਾਂਝਾ ਕਰੀਏ ਨੋ ਡਾਊਟ ਤੁਸੀਂ ਪਿਛਲੇ ਸਾਲਾਂ ਦੇ ਕੁਸ਼ਚਨ ਪੇਪਰਸ ਵੀ ਰਿਵਾਈਜ਼ ਕੀਤੇ ਹੋਣਗੇ ਲੇਕਿਨ ਇਸ ਸਾਲ ਸਲਾਈਟਲੀ ਥੋੜ੍ਹਾ ਜਿਹਾ ਕੁਸ਼ਚਨ ਵਾਈਜ਼ ਜਿਹੜੀ ਬ੍ਰੇਕਅਪ ਹੈ ਉਹ ਥੋੜ੍ਹੀ ਜਿਹੀ ਡੈਵੀਏਟ ਹੋਈ ਹੈ ਥੋੜ੍ਹੀ ਜਿਹੀ ਤੁਹਾਡੀ ਬਿਹਤਰੀ ਵਾਸਤੇ ਉਹ ਚੇਂਜ ਕੀਤੀ ਗਈ ਹੈ ਸੋ ਆਓ ਆਪਾਂ ਦੇਖਦੇ ਹਾਂ ਕਿ ਇਸ ਸਾਲ ਇਹ ਸਾਰਿਆਂ ਨੂੰ ਤੁਹਾਨੂੰ ਪਤਾ ਕਿ ਸਾਡਾ 70 ਮਾਰਕਸ ਦਾ ਥਿਊਰੀ ਦਾ ਪੇਪਰ ਹੈ 3 ਘੰਟੇ ਦੀ ਡਿਊਰੇਸ਼ਨ ਹੈ ਔਰ 20 ਮਾਰਕਸ ਪ੍ਰੈਕਟੀਕਲ ਦੇ ਨੇ ਸੀ ਸੀ ਈ 10 ਮਾਰਕਸ ਦੀ ਹੈ ਜਿਹੜੇ ਤੁਹਾਡੇ ਅਧਿਆਪਕ ਤੁਹਾਨੂੰ ਬੇਸਡ ਔਨ ਦਾ ਈਅਰਲੀ ਪਰਫੋਰਮੈਂਸ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਅਸਾਈਨਮੈਂਟਸ ਕੀਤੀਆਂ ਨੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਟੈਸਟ ਦੇ ਵਿੱਚ ਆਪਣੀ ਪਰਫੋਰਮੈਂਸ ਦਿਖਾਈ ਹੈ ਤੁਹਾਡੇ ਅਧਿਆਪਕ ਉਹਦੇ ਵਿੱਚੋਂ ਤੁਹਾਨੂੰ ਦੇਣਗੇ ਸੋ ਇਸ ਤਰ੍ਹਾਂ 100 ਨੰਬਰ ਦਾ ਜਿਹੜਾ ਸਾਡਾ ਪੇਪਰ ਹੈ ਬਾਇਓਲੋਜੀ ਦਾ ਥਿਊਰੀ ਦਾ ਪੇਪਰ ਹੈ ਅਗਰ ਮੈਂ ਯੂਨਿਟ ਵਾਈਜ਼ ਗੱਲ ਕਰਾਂ ਕੰਪਲੀਟ ਪੈਟਰਨ ਦੀ ਜਿਹੜੀ ਆਪਾਂ ਅੱਜ ਡਿਸਕਸ਼ਨ ਕਰਨੀ ਹੈ ਮੈਂ ਉਸਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਫਸਟ ਸੈਕਸ਼ਨ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਡਿਫਰੈਂਟ ਯੂਨਿਟਸ ਨੂੰ ਕਿੰਨੀ ਵੇਟੇਜ ਦਿੱਤੀ ਗਈ ਹੈ ਹਰ ਇੱਕ ਯੂਨਿਟ ਦੇ ਵਿੱਚੋਂ ਕਿੰਨੇ ਮਾਰਕਸ ਦੇ ਕੁਐਸਚਨਸ ਨੇ ਜਿਹੜੇ ਬੱਚੇ ਉਹ ਪੁੱਛੇ ਜਾਣਗੇ ਔਰ ਉਸ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ ਕਿ ਕਿਹੜੇ ਚੈਪਟਰ ਦੇ ਵਿੱਚੋਂ ਓਬਜੈਕਟਿਵ ਟਾਈਪ ਕੁਐਸਚਨ ਆਉਣਗੇ ਔਰ ਕਿਹੜੇ ਚੈਪਟਰ ਦੇ ਵਿੱਚੋਂ ਥੋੜ੍ਹੇ ਲੌਂਗ ਆਨਸਰ ਟਾਈਪ ਕੁਐਸਚਨਸ ਨੇ ਜਿਹੜੇ ਉਹ ਪੁੱਛੇ ਜਾ ਸਕਦੇ ਨੇ ਔਰ ਥਰਡ 'ਤੇ ਅਸੀਂ ਡਿਸਕਸ ਕਰਾਂਗੇ ਕਿ ਓਵਰਆਲ ਜਿਹੜਾ ਸਾਡਾ ਸਟਰਕਚਰ ਹੈ ਪੇਪਰ ਦਾ ਉਹ ਕਿਸ ਤਰ੍ਹਾਂ ਦਾ ਹੋਏਗਾ ਸੋ ਲੈਟਸ ਡਿਸਕਸ 1 by 1 ਯੂਨਿਟ ਵਾਈਜ਼ ਡਿਸਟ੍ਰੀਬਿਊਸ਼ਨ ਅਗਰ ਅਸੀਂ ਦੇਖੀਏ ਤਾਂ ਸਾਡੀ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪ੍ਰਿਸਕ੍ਰਾਈਬਡ ਬਾਇਓਲੋਜੀ ਦੀ ਬੁੱਕ ਹੈ ਉਹਨੂੰ 5 ਯੂਨਿਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਔਰ 5 ਯੂਨਿਟਸ ਦੇ 16 ਚੈਪਟਰਸ ਨੇ ਜਿਹੜੇ ਉਹ ਸਾਡੀ ਬੁੱਕ ਦੇ ਵਿੱਚ ਹੈਗੇ ਨੇ ਅਗਰ ਅਸੀਂ ਯੂਨਿਟ 1 ਦੇਖੀਏ ਰੀਪ੍ਰੋਡਕਸ਼ਨ 14 ਨੰਬਰ ਦੇ ਕੁਸ਼ਚਨਸ ਯੂਨਿਟ 1 ਦੇ ਵਿੱਚੋਂ ਪੁੱਛੇ ਜਾਣਗੇ ਜੈਨੇਟਿਕਸ ਐਂਡ ਐਵੋਲਿਊਸ਼ਨ ਦੇ ਵਿੱਚੋਂ 16 ਨੰਬਰ ਦੇ ਕੁਸ਼ਚਨ ਪੁੱਛੇ ਜਾਣਗੇ ਥਰਡ ਯੂਨਿਟ ਬਾਇਓਲੋਜੀ ਐਂਡ ਹਿਊਮਨ ਵੈਲਫੇਅਰ ਉਹਦੇ ਵਿੱਚੋਂ 13 ਨੰਬਰ ਦੇ ਕੁਸ਼ਚਨਸ ਨੇ ਜਿਹੜੇ ਉਹ ਐਕਸਪੈਕਟਡ ਨੇ ਫੋਰਥ ਯੂਨਿਟ ਬਾਇਓਟੈਕਨੋਲੋਜੀ ਐਂਡ ਇਟਸ ਐਪਲੀਕੇਸ਼ਨਸ ਉਹਦੇ ਵਿੱਚੋਂ ਵੀ 13 ਨੰਬਰ ਦੇ ਕੁਸ਼ਚਨਸ ਨੇ ਜਿਹੜੇ ਆ ਸਕਦੇ ਨੇ ਲਾਸਟ ਯੂਨਿਟ 5th ਯੂਨਿਟ ਇਕੋਲੋਜੀ ਐਂਡ ਇਨਵਾਇਰਮੈਂਟ ਉਹਦੇ ਵਿੱਚੋਂ 14 ਨੰਬਰ ਦੇ ਕੁਸ਼ਚਨਸ ਤੁਹਾਨੂੰ ਪੁੱਛੇ ਜਾਣਗੇ ਬੱਚੋ ਇਹ ਵਾਲਾ ਟੇਬਲ ਤੁਹਾਨੂੰ ਦਿਖਾਉਣ ਦਾ ਮੇਰਾ ਇੱਕ ਖਾਸ ਮਕਸਦ ਹੈ ਕਿਉਂਕਿ ਸਟੂਡੈਂਟਸ ਕਈ ਵਾਰੀ ਆਪਸ ਦੇ ਵਿੱਚ ਡਿਸਕਸ ਕਰਦੇ ਨੇ ਔਰ ਆਪਸ ਦੇ ਵਿੱਚ ਡਿਸਕਸ਼ਨ ਦੌਰਾਨ ਕਈ ਵਾਰੀ ਉਹ ਮਿਸਗਾਈਡ ਹੋ ਜਾਂਦੇ ਨੇ ਕਿ ਇਹ ਯੂਨਿਟ ਨੂੰ ਇਹ ਇੰਪੋਰਟੈਂਟ ਨਹੀਂ ਹੈ ਇਸ ਯੂਨਿਟ 'ਚੋਂ ਅਸੀਂ ਘੱਟ ਯਾਦ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਯੂਨਿਟ ਦੇ ਵਿੱਚ ਹਰ ਇੱਕ ਯੂਨਿਟ ਦੇ ਵਿੱਚ ਜਿਹੜੇ ਮਾਰਕਸ ਦੀ ਡਿਸਟ੍ਰੀਬਿਊਸ਼ਨ ਹੈ ਉਹ ਆਲਮੋਸਟ ਇੱਕੋ ਵਰਗੀ ਹੈ ਸੋ ਕੋਈ ਵੀ ਯੂਨਿਟ ਹੈ ਜਿਹੜਾ ਤੁਸੀਂ ਉਸਨੂੰ ਲੈੱਸ ਇੰਪੋਰਟੈਂਟ ਕਹਿ ਕੇ ਇਗਨੋਰ ਨਹੀਂ ਕਰ ਸਕਦੇ ਹੁਣ ਅਸੀਂ ਦੇਖਦੇ ਹਾਂ ਕਿ ਕੁਸ਼ਚਨ ਵਾਈਜ਼ ਬ੍ਰੇਕਅਪ ਹੈ ਜਿਹੜੀ ਚੈਪਟਰ ਵਾਈਜ਼ ਬ੍ਰੇਕਅਪ ਹੋਈ ਹੈ ਕੁਸ਼ਚਨਸ ਦੀ ਉਹ ਕਿਸ ਤਰ੍ਹਾਂ ਦੇ ਨਾਲ ਹੈ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੀ
यूनिट 1 रिप्रोडक्शन एदे चार चैप्टर्स ने। चैप्टर 1 है रिप्रोडक्शन इन ऑर्गेनिजम्स, बहुत ही सिंपल चैप्टर है और एदे विच एक तुहानू खास एडवांटेज ये दित्ती गई है कि एदे विचों सिर्फ एक मार्क का एक ही क्वेश्चन पूछा जाएगा। सो बेटे बहुत वड्डी एडवांटेज है तुहाडे वास्ते, एदे विच तुहानू कोई लंबे आंसर्स लिखण की जरूरत नहीं है, कोई डायग्रामैटिक क्वेश्चन है जिहड़ा नहीं आ सकता। लेकिन एक गल बहुत इंपॉर्टेंट है, अगर एक नंबर का क्वेश्चन है उहदे वास्ते तुहानू चैप्टर नू थोरो रीडिंग है जिहड़ी वह देनी पएगी, क्योंकि एग्जामिनर एक नंबर का क्वेश्चन है जिहड़ा वह कितों भी चक के पा सकता है। चैप्टर 2 रिप्रोडक्शन इन फ्लावरिंग प्लांट्स साडी बुक का बहुत ही इंपॉर्टेंट चैप्टर है, एदे विचों एक क्वेश्चन एक नंबर का पूछा जाएगा और एक क्वेश्चन 6 नंबर का पूछा जाएगा। बेटे इत्थे मैं तुहानू एक गल जरूर दसांगी कि जिहड़े भी चैप्टर दे विचों 6 नंबर का क्वेश्चन आना है उस चैप्टर नू तुसी एक्सप्लेनेटरी एज वैल एज डायग्रामैटिकली करना है। जिहड़े बच्चे एक्सप्लेनेशन भी प्रॉपर दिंदे ने और कंप्लीट लेबल्ड डायग्राम भी बनांदे ने वह डेफिनेटली फुल स्कोर लैणगे। लेकिन कई बार की हुंदा कि साडी एक्सप्लेनेशन दे विच असी थोड़ी जी मार खा जांदे आ, लेकिन तुसी डायग्राम कंप्लीट बनाना है, लेबल करना है, फिर भी तुहानू जिहड़े मार्क्स ने जरूर दिते जाएंगे। और इत्थे चॉइस क्वेश्चन भी थानू 6 मार्क्स का मिलेगा जिहड़ा कि चैप्टर 3 ह्यूमन रिप्रोडक्शन बहुत इंपॉर्टेंट चैप्टर है उहदे विचों पाया जाएगा। और अगर तुसी 6 नंबर दे क्वेश्चंस अच्छे तरीके दे नाल कर लैंदे हो तां 1 नंबर दे क्वेश्चन तां तुसी फटाफट सॉल्व कर लोगे। ठीक है, चैप्टर 3 ह्यूमन रिप्रोडक्शन 6 नंबर तो इलावा इहदे विच एक 2 नंबर का क्वेश्चन भी पाया जाएगा। सो मैं पहला भी थोनू कहा कि अगर तुसी 6 नंबर दे पॉइंट ऑफ व्यू नाल टॉपिक कीता है तो 1 मार्क एंड 2 मार्क तो बहुत ईजी है, पेपर दे विच एग्जामिनर भावें जिथों मर्जी क्वेश्चन पा देवे। चैप्टर 4 रिप्रोडक्टिव हैल्थ, इहदे विच भी तुहाडे वास्ते बहुत वड्डी एडवांटेज है कि इहदे विच कोई डायग्राम नहीं है, एक्सप्लेनेशन थ्रैटिकल पार्ट है जिहड़ा वह ज़्यादा है। सो इहदे विच भी तुसी जिहड़े की करना है तुसी इहदे विच पॉइंट्स वाइज आंसर ने जिहड़े वह तैयार करने है। अगर तो डेफिनेशन है फिर तो असी सिंपली डिफाइन करना है, कोई एग्जाम्पल नाल देनी है। अदर अगर उसने यूजिज पूछे ने, एडवांटेज पूछी हैं, डिसएडवांटेज पूछी हैं, तो बच्चे तुसी कोशिश करनी है कि तुसी उहदे पॉइंट्स बनाने ने। हुण असी शिफ्ट करते हैं यूनिट 2 जेनेटिक्स एंड एवोल्यूशन। बेटे बायोलॉजी दी जान है ये चैप्टर जेनेटिक्स एंड एवोल्यूशन, और स्टूडेंट्स इसनों थोड़ा जिहा डिफिकल्ट मानते हैं। मैं थोनू परसनली कहनी हाँ कि ये चैप्टर बिल्कुल भी डिफिकल्ट नहीं है, अगर तुसी इसनों कंप्लीट अंडरस्टैंडिंग दे नाल पढ़ते हो फिर तुसी रिटन रिविजन करते हो, क्योंकि ये क्रॉस ने, ये असी जड़ी है जीनोटाइप फीनोटाइप रेशोज लिखनिया होंदियाँ, असी कुछ डेरीवेशनस करनिया होंदियाँ, इस करके स्टूडेंट्स थोड़ा जहा इस डिफिकल्ट मानते हैं। चैप्टर 5 दे विचों एक नंबर का एक ही क्वेश्चन पूछा जाएगा और एक 4 नंबर का क्वेश्चन पूछा जाएगा। इत्थे फिर एडवांटेज मिलती है कि चैप्टर 5 दे विच डायग्राम्स ने जिहड़े वह बहुत घट ने, लेकिन तुसी क्रॉस ने जिहड़े वह डेरीवेशनस पॉइंट ऑफ व्यू नाल ड्रॉ करने हैं। चैप्टर 6 मॉलिकुलर बेसिस ऑफ इनहेरिटेंस, ये पूरे का पूरा चैप्टर डायग्रामैटिकली एक्सप्लेन करना पड़ेगा, बहुत इंपॉर्टेंट क्वेश्चंस ने, रेप्लीकेशन है, ट्रांसक्रिप्शन है, ट्रांसलेशन है, जेनेटिक कोड है, ये सारे जिहड़े क्वेश्चंस ने विदाउट डायग्राम बेटे बिल्कुल भी अटैम्प्ट नहीं करने। एक नंबर का क्वेश्चन भी आना है, 2 नंबर का क्वेश्चन भी आना है, और एक 6 नंबर का क्वेश्चन भी थोनू चैप्टर 6 के विचों पूछा जाएगा। और ये एक चॉइस मिलेगी थोनू चैप्टर 7 एवोल्यूशन के विचों और क्वेश्चन पाया जाएगा। हुण 6 मार्क्स के अकॉर्डिंगली असी चैप्टर 6 और 7 नू प्रिपेयर करना है। 7 चैप्टर दे विच बेटे 2 या 3 इंपॉर्टेंट टॉपिक्स ने जिन्हां दे उत्ते क्वेश्चंस पूछे जा सकते हैं, ओरिजिन ऑफ लाइफ है, एवोल्यूशन दीआं एविडेंसिस ने। सो तुसी चंगी तरह प्रिपेयर करियो और 1 और 2 मार्क्स डेफिनेटली तुसी अटैम्प्ट ईजीली कर पाओगे। नाउ चैप्टर 7 दे विचों एक 2 नंबर का क्वेश्चन भी पूछा जाएगा। सो ये टोटल जिहड़ा यूनिट 2 साडा है 16 नंबरां दा इस तरह नाल कंप्लीट होएगा। नाउ लैट्स शिफ्ट टू यूनिट 3 बायोलॉजी इन ह्यूमन वेलफेयर। 3 चैप्टर्स ने इस यूनिट दे और बहुत ही ईजी एंड इंट्रस्टिंग चैप्टर ने। चैप्टर 8 ह्यूमन हैल्थ एंड डिजीज डायरैक्टली साढ़े नाल रिलेटिड है चैप्टर।
कि सानू किस तरह के रोग होंगे ने, क्यों होंगे ने, असी उन्हें किस तरह प्रिवेंट कर सकते हैं, असी की प्रिकॉशनस लै सकते हैं, की ट्रीटमेंट लै सकते हैं। सो ये चैप्टर तुसी बहुत अच्छे तरीके नाल करना है। ये नाल तुसी अपने आप बारे भी अवेयर होवोंगे और सोसाइटी नू भी तुसी अवेयरनैस जिहड़ी दे सकते हो कि ह्यूमन नू किस टाइप के डिजीज़ लग सकते हैं और किस तरह के नाल वो अपने आप नू हैल्दी रख सकता है। सो चैप्टर 8 दे विचों एक 2 नंबर का क्वेश्चन और एक 4 नंबर का क्वेश्चन है जिहड़ा जरूर पूछा जाएगा। चैप्टर 9 स्ट्रैटेजीज फॉर इनहांसमेंट इन फूड प्रोडक्शन, बहुत ईजी चैप्टर है। प्लांट ब्रीडिंग, एनिमल ब्रीडिंग, उहदे नाल की जिहड़ी फूड प्रोडक्शन दे विच साडी क्वांटिटी एज वेल एज क्वालिटी इनक्रीज हुई है, बायोफोर्टिफिकेशन हुई है, ये सारे टॉपिक्स ने जिहड़े बहुत ईजी टॉपिक्स ने, इंट्रस्टिंग टॉपिक्स ने। और एहदे विच भी एक होर एडवांटेज कि कोई डायग्राम है जिहड़ा वो तुहानू ड्रा करन दी जरूरत नहीं है। ओनली 1 मार्क क्वेश्चन फ्रॉम चैप्टर 9 और एक 4 नंबर का क्वेश्चन जिहड़ा है चैप्टर 9 चो पूछा जाएगा। और चॉइस क्वेश्चन और क्वेश्चन है जिहड़ा वो चैप्टर 10, अगेन वेरी इंटरेस्टिंग चैप्टर, माइक्रोब्स इन ह्यूमन वेलफेयर, बहुत ही ईजी चैप्टर है। और ये एक 2 नंबर का क्वेश्चन भी पूछा जा सकता है कि माइक्रोब्स का हाउस होल्ड विच की इंपोर्टेंस है, मेडिसन विच की इंपोर्टेंस है, एग्रीकल्चर विच की इंपोर्टेंस है, ये तुसी ऑलरेडी कर चुके हो पुराने पेपरों के विच भी। असी काफ़ी बारी आई होप कि टीचर्स ने बहुत ज़्यादा इनू रिवाइज करवाया होएगा। सो टोटल मार्क्स ने जिहड़े साडे ओ 13 बनते हैं। यूनिट 4 बायोटेक्नोलॉजी, बहुत ही छोटा यूनिट है साडी जिहड़ी बुक का, बड़ा प्यारा जिहा यूनिट है, 2 चैप्टर्स ने इहदे विच सिर्फ। चैप्टर 11 बायोटेक्नोलॉजी प्रिंसीपल एंड प्रोसैसिस, जिहड़ी कि अज का एक नीड है। इहदे विचों एक क्वेश्चन 2 नंबर का पूछा जाएगा, उहदे विच डेफिनेशन हो सकती है, बायोटेक्नोलॉजी के प्रिंसीपल्स हो सकते हैं, बायोटेक्नोलॉजी का प्रोसीजर हो सकता है, RDNA किस तरीके दे नाल जिहड़ा है लैब दे विच बनाया जाता है उहदे बारे पूछा जा सकता है। इहदे विच तुसी डायग्राम्स भी ड्रॉ कर सकते हो अगर ये 4 नंबर का क्वेश्चन आता है तो। और ऐसे ही 11 चैप्टर के विचों तुहानूं चॉइस क्वेश्चन भी 4 नंबर का चैप्टर 11 के विचों ही पाया जाएगा। चैप्टर 12 ऐसे यूनिट का बायोटेक्नोलॉजी एंड इट्स एप्लीकेशन, बच्चों ये देखो तुसी 1 नंबर का क्वेश्चन भी आना है, 2 नंबर का क्वेश्चन भी आना है, 4 नंबर का क्वेश्चन भी चैप्टर 12 दे विच्चों आना है। सो मैं थोनू सुजैसट करांगी कि जिहड़ा साडा यूनिट 3 एंड यूनिट 4 है उहदे विच्चों तुसी बुक दे विच्चों कोई भी हैडलाइन, कोई भी जिहड़ा टॉपिक है उसनू मिस नहीं करना, क्योंकि इन्ने क्वेश्चन इहदे विच्चों पुछे जाने ने कि एग्जामिनर नू हर एक टॉपिक है जिहड़ा वह फाइनल पेपर दे विच इनकलूड करना ही पएगा। ठीक है, सो ये चैप्टर्स नू तुसी यूनिट 3 एंड यूनिट 4 नू बहुत अच्छे तरीके दे नाल करना है। इहदे विच्चों 13 नंबर के जिहड़े क्वेश्चन ने वह यूनिट 4 दे विच्चों पुछे जाणगे 2 चैप्टर्स दे विच्चों। लास्ट चैप्टर यूनिट साडा इकोलॉजी, काफ़ी लंबा यूनिट है साडा, 4 चैप्टर्स ने, लेकिन बेटे ये यूनिट लंबा जरूर है लेकिन ये ह्यूमन नाल, एनिमल्स नाल और साड़ी इनवायरमेंट दे नाल डायरेक्टेड रिलेटेड यूनिट है और आज दे जड़े सिनेरियो दे नाल पूरी तरह दे नाल मैच करता है। आज जो भी साड़े बर्निंग इश्यूज चल रहे ने, इनवायरमेंट दे ने, पोल्यूशन दे ने, वो सारे इस यूनिट दे विच डिस्कस किते जाएंगे। चैप्टर 13 ऑर्गेनिजम्स एंड पॉपुलेशन, काफ़ी लंबा जड़ा हैगा चैप्टर हैगा, लेकिन ये थानू ज़्यादा लंबे क्वेश्चन आंसर्स जड़े है वो लिखन की जरूरत नहीं है, 2 नंबर का क्वेश्चन पूछा जाएगा, चाहे वह एनिमल्स दी अडैप्टेशन दे होवे, चाहे इंटरैक्शनस दे उत्ते होवे। सो ज़्यादा लंबे आंसर्स तुसी एदे विच्चों लर्न नहीं करने। चैप्टर 14 इकोसिस्टम, एदे विच्चों हुण 6 नंबर का क्वेश्चन भी आना है, सो इस नूं तुसी थोरोली करना है क्योंकि 6 नंबर के 3-4 वड्डे क्वेश्चन ने जिहड़े इस चैप्टर दे विच हैगे ने। और 1 नंबर का क्वेश्चन भी चैप्टर 14 चो आना है। मैं पहला भी रिपीट किया है कि अगर असी 6.6 मार्क्स के नाल अगर असी तैयारी की है तो बेटे 1 मार्क एंड 2 मार्क तो साडे वास्ते चुटकियां का काम है। और सो जिहड़ा चैप्टर 16 है उहदे विच्चों एक चॉइस क्वेश्चन इनवायरमेंटल इशूज़ दे विच्चों पाया जाएगा। इनवायरमेंटल इशूज़ केड़े ने, हुण पोल्यूशन है, एयर पोल्यूशन है, वाटर पोल्यूशन है, सॉयल पोल्यूशन है, नॉइज पोल्यूशन है, ग्लोबल वार्मिंग है, ओजोन डिप्लीशन है, ये सारे मुद्दे ने जिहड़े असी डेली लाइफ दे विच न्यूज़ पेपर्स दे विच भी सुन रहे हैं, लेकिन असी इस नूं प्रॉपर जिहड़े तरीके दे नाल इहदा आंसर है जिहड़ा लिखना। चैप्टर 15 दे विच्चों 4 नंबर का क्वेश्चन बायोडावर्सिटी, बहुत ईजी चैप्टर है,
ਚੈਪਟਰ 16 ਇਨਵਾਇਰਮੈਂਟਲ ਇਸ਼ੂਜ਼ ਅਸੀਂ ਆਲਰੇਡੀ ਡਿਸਕਸ ਕੀਤਾ ਕਿ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਅਗਰ ਤਿਆਰ ਕਰੋਗੇ ਤਾਂ ਇੱਕ ਨੰਬਰ ਦਾ ਕੁਐਸਚਨ ਅਸੀਂ ਈਜ਼ੀਲੀ ਅਟੈਂਪਟ ਕਰਕੇ ਸਕੋਰ ਲੈ ਸਕਦੇ ਹਾਂ। ਸੋ ਬੇਟੇ, ਜਿੰਨੇ ਵੀ ਮੈਂ ਇੱਥੇ ਪੈਟਰਨ ਡਿਸਕਸ ਕੀਤਾ ਇਹ 100% ਔਥੈਂਟੀਕੇਟਿਡ ਪੈਟਰਨ ਹੈ, ਕਿਉਂਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਦੇ ਉੱਤੇ ਆਲਰੇਡੀ ਪਾਇਆ ਜਾ ਚੁੱਕਿਆ। ਅਗਰ ਤੁਹਾਨੂੰ ਕੁਛ ਕਨਫਿਊਜ਼ਨ ਹਾਲੇ ਹੈ ਤਾਂ ਤੁਸੀਂ PSEB ਦੀ ਸਾਈਟ ਦੇ ਉੱਤੇ ਜਾ ਕੇ ਇਹ ਵਾਲਾ ਪੈਟਰਨ ਹੈ ਜਿਹੜਾ ਦੁਬਾਰਾ ਤੋਂ ਕਨਫਰਮ ਕਰ ਸਕਦੇ ਹੋ। ਲਾਸਟ ਦੇ ਉੱਤੇ ਮੈਂ ਗੱਲ ਕਰਾਂਗੀ ਸਟਰਕਚਰ ਆਫ ਕੁਐਸਚਨ ਪੇਪਰ। 26 ਕੁਐਸਚਨਸ ਹੋਣਗੇ, ਕੋਈ ਸੈਕਸ਼ਨਸ ਨਹੀਂ ਹੈ, A, B, C ਕੋਈ ਸੈਕਸ਼ਨਸ ਨਹੀਂ ਹੈ। ਕੁਐਸਚਨ ਨੰਬਰ 1 to 26 ਕੰਟੀਨਿਊਸਲੀ ਜਿਹੜੇ 26 ਕੁਐਸਚਨਸ ਪੁੱਛੇ ਜਾਣਗੇ। 1 ਤੋਂ ਲੈ ਕੇ 8 ਤੱਕ ਕੰਪਲਸਰੀ ਕੁਐਸਚਨ, 1 mark ਕੁਐਸਚਨ, ਉਹ MCQ ਵੀ ਹੋ ਸਕਦਾ, ਉਹ ਫਿਲ ਅਪ ਵੀ ਹੋ ਸਕਦੀ ਹੈ, ਉਹ ਡੈਫੀਨੇਸ਼ਨ ਵੀ ਹੋ ਸਕਦੀ ਹੈ, ਉਹ ਕੋਈ ਸਟੇਟਮੈਂਟ ਵੀ ਹੋ ਸਕਦੀ ਹੈ। 9 to 16 2 mark ਕੁਐਸਚਨ, ਇਹਦੇ ਵਿੱਚ ਵੀ ਐਗਜ਼ਾਮਿਨਰ ਕੋਈ ਡਾਇਗ੍ਰਾਮ ਪਾ ਸਕਦਾ ਛੋਟਾ ਜਿਹਾ, ਕੋਈ ਡਿਫਰੈਂਸ਼ੀਏਸ਼ਨ ਦਾ ਕੁਐਸਚਨ ਪੁੱਛ ਸਕਦਾ, ਕੋਈ ਐਗਜ਼ਾਮਪਲ ਵਾਲੇ ਕੁਐਸਚਨਸ ਨੇ ਜਿਹੜੇ ਤੁਹਾਡੇ ਆ ਸਕਦੇ ਨੇ, ਕੋਈ ਚੋਇਸ ਨਹੀਂ ਹੈ। ਸੋ ਕੰਪਲਸਰੀ ਕੁਐਸਚਨਸ ਹੈ। ਕੁਐਸਚਨ ਨੰਬਰ 17 to 23 4 ਨੰਬਰਾਂ ਦੇ ਕੁਐਸਚਨਸ ਨੇ, 7 ਕੁਐਸਚਨ। 17 to 21 ਤੱਕ ਕੰਟੀਨਿਊਸਲੀ ਕੰਪਲਸਰੀ ਕੁਐਸਚਨਸ ਨੇ, ਕੋਈ ਚੋਇਸ ਨਹੀਂ ਹੈ। ਲੇਕਿਨ ਕੁਐਸਚਨ ਨੰਬਰ 22 or 23 ਦੇ ਵਿੱਚ ਤੁਹਾਨੂੰ ਐਡਵਾਂਟੇਜ ਹੈ ਕਿ ਤੁਹਾਨੂੰ ਇੱਕ ਇੱਕ ਜਿਹੜੀ 4 ਨੰਬਰ ਦੇ ਕੁਐਸਚਨ ਦੀ ਚੋਇਸ ਦਿੱਤੀ ਜਾਏਗੀ। ਅਸੀਂ ਪਹਿਲਾਂ ਵੀ ਇਸ ਨੂੰ ਡਿਸਕਸ ਕਰ ਚੁੱਕੇ ਹਾਂ। ਔਰ ਕੁਐਸਚਨ ਨੰਬਰ 24, 25, 26 ਇਹ ਲੌਂਗ ਕੁਐਸਚਨਸ ਨੇ। ਇਹ ਐਗਜ਼ਾਮਿਨਰ 'ਤੇ ਡਿਪੈਂਡ ਕਰਦਾ ਹੈ ਕਿ ਉਹ ਇਸ ਨੂੰ ਸਪਲਿਟ ਕਰਕੇ ਪਾਉਣਾ ਚਾਹੇਗਾ ਜਾਂ ਇਸ ਨੂੰ ਕੰਪਲੀਟ ਪਾਉਣਾ ਚਾਹੇਗਾ। ਉਹ ਪੇਪਰ ਜਦੋਂ ਸਾਡੇ ਸਾਹਮਣੇ ਆਏਗਾ ਉਦੋਂ ਹੀ ਸਾਨੂੰ ਕਲੀਅਰ ਹੋਏਗਾ। ਲੇਕਿਨ ਇਹ ਲੌਂਗ ਆਨਸਰ ਟਾਈਪ ਕੁਐਸਚਨਸ ਨੇ ਔਰ ਇਹਨਾਂ ਦੇ ਵਿੱਚ 100% ਇੰਟਰਨਲ ਚੋਇਸ ਹੈ ਜਿਹੜੀ ਤੁਹਾਨੂੰ ਮਿਲੇਗੀ। ਸੋ ਬੇਟੇ, ਇਹ ਤਾਂ ਸੀਗਾ ਸਾਡਾ ਅੱਜ ਦਾ ਪੈਟਰਨ। ਸੋ ਹੁਣ ਤੁਸੀਂ ਮਿਹਨਤ ਕਰੋ, ਡੂ ਹਾਰਡ ਵਰਕ, ਡੂ ਵੈਲ, ਐਂਡ ਬੈਸਟ ਆਫ ਲੱਕ ਫੋਰ ਯੂਅਰ ਫਾਈਨਲ ਐਗਜ਼ਾਮੀਨੇਸ਼ਨਸ। ਥੈਂਕ ਯੂ। ਥੈਂਕ ਯੂ।